ਤਤਰੀਅਕਾਲ ਤੁਸੀਂ ਦੇਖ ਰਹੇ ਹੋ ਤੱਕ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਅੱਗੇ ਵਿਦਵਾਨ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਸਵਾਗਤ ਹੈ ਤੁਹਾਡਾ ਗਰਗ ਸਾਹਿਬ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਗਰਗ ਸਾਹਿਬ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਰਾਹ ਤੁਰ ਪਈ ਹੈ ਪਰ ਇਹਦੇ ਵਿੱਚ ਇੱਕ ਆਵਾਜ਼ ਉੱਠੀ ਹੈ ਕਿ ਲੋਕਪਾਲ ਬਿੱਲ ਜਿਹੜਾ ਉਹ ਲਿਆ ਦਿੱਤਾ ਜਾਏ ਭ੍ਰਿਸ਼ਟਾਚਾਰ ਨੂੰ ਲੈ ਕੇ ਤਾਂ ਪਹਿਲਾਂ ਵੀ ਜਿਹੜਾ ਐਂਟੀ ਕ腐ਪਸ਼ਨ ਬ੍ਰਾਂਚ ਦੇ ਨੰਬਰ ਜਾਰੀ ਨੇ ਕਿੰਨਾ ਕੁ ਕੰਮ ਹੁੰਦਾ ਫਿਰ ਕਹਿੰਦੇ ਕਿ ਇਹਨਾਂ ਦੇ ਕੋਲ ਹੀ ਆਉਣੀਆਂ ਸਾਰੀਆਂ ਫਾਈਲਾਂ ਜਾਂਚ ਵੀ ਇਹਨਾਂ ਨੇ ਕਰਨੀ ਐ ਤੇ ਮੁੱਖ ਮੰਤਰੀ ਸਾਹਿਬ ਕੋਲ ਇੰਨਾ ਟਾਈਮ ਕਿੱਥੇ ਬਚਣਾ ਕਿ ਵਟਸਐਪ ਨੂੰ ਦੇਖਣ ਜਾਂ ਜਿਹੜੀ ਟੀਮ ਲਾਉਣਗੇ ਉਹ ਕਿੰਨੀ ਕਮਾਂਦਾਰ ਹੋਏਗੀ ਇਹ ਬੜੇ ਸਵਾਲ ਇਹਦੇ ਨਾਲ ਜੁੜੇ ਨੇ ਪਰ ਪਹਿਲੀ ਗੱਲ ਲੋਕਪਾਲ ਤੋਂ ਸ਼ੁਰੂ ਕਰਿਓ ਥੋੜਾ ਜਿਹਾ ਕਿ ਕੇਜਰੀਵਾਲ ਸਾਹਿਬ ਜਦੋਂ ਉੱਥੇ ਦਿੱਲੀ 'ਚ ਸੱਤਾ ਚਾਹੀ ਸੀ ਕਹਿੰਦੇ ਸੀ ਲੋਕਪਾਲ ਲਿਆਵਾਂਗੇ ਹੁਣ ਤੱਕ ਤਾਂ ਲਿਆਂਦਾ ਨਹੀਂ ਉੱਥੇ ਪਰ ਜੇ ਉਹ ਲੋਕਪਾਲ ਪੰਜਾਬ ਦੇ ਵਿੱਚ ਬਣ ਜਾਂਦਾ ਕਿਉਂਕਿ ਇੱਥੇ ਤਾਂ ਸੰਪੂਰਨ ਸਰਕਾਰ ਇਹਨਾਂ ਦੀ ਆ ਤੇ ਉਹਦੇ ਨਾਲ ਕਿਸ ਤਰ੍ਹਾਂ ਕੰਮ ਕੀਤਾ ਜਾਏਗਾ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਰੋਕਿਆ ਜਾਏਗਾ ਉਹਦਾ ਜੇ ਇਹ ਸਮਝਾਇਓ ਕਿ ਲੋਕਪਾਲ ਹੈ ਕੀ ਦੇਖੋ ਗੱਲ ਇਹ ਹੈ ਵਿਪ੍ਰਸ਼ਟਾਚਾਰ ਇੱਕ ਵੱਡਾ ਮੁੱਦਾ ਹੈ ਉਹ ਲੋਕਾਂ ਦਾ ਵੀ ਮੁੱਦਾ ਹੈ ਉਹ ਇਵਨ ਰਾਜ ਕਰਨ ਵਾਲਿਆਂ ਦਾ ਵੀ ਮੁੱਦਾ ਹੈ ਖਾਸ ਕਰਕੇ ਜਿਹੜੀ ਡੀਪ ਸਟੇਟ ਜਿਹਨੂੰ ਅਸੀਂ ਕਹਿੰਦੇ ਆ ਉਹ ਹੈਗੇ ਵੀ ਜਿਹੜੇ ਕਾਰਪੋਰੇਟ ਨੇ ਉਹ ਵੀ ਨਹੀਂ ਚਾਹੁੰਦੇ ਕਿ ਲੋਕ ਐਵੇਂ ਔਖੇ ਹੋਈ ਜਾਣ ਉਹਦੇ ਵਾਸਤੇ ਉਹਨਾਂ ਨੇ ਹੱਲ ਜਿਹੜਾ ਹੈ ਉਹ ਲੋਕਤੰਤਰਿਕ ਕੱਢਣ ਦੀ ਬਜਾਏ ਉਹ ਇੱਕ ਅਫਸਰशाही ਵਾਲਾ ਹੱਲ ਕੱਢਿਆ ਤਾਂ ਕਿ ਇੱਕ ਬੰਦੇ ਦੇ ਹੱਥ 'ਚ ਇੰਨੀ ਤਾਕਤ ਦੇ ਦੋ ਜਿਹੜਾ ਜਿਹਦੀ ਮਰਜ਼ੀ ਸੰਗੀ ਨਪੜੇ ਉਹ ਸੀ ਲੋਕਪਾਲ ਇਹ ਲੋਕਪਾਲ ਦੀ ਜਿਹੜੀ ਭਾਵਨਾ ਧਾਰਨਾ ਜਿਹੜੀ ਅੰਨਾ ਹਜ਼ਾਰੇ ਨੇ ਅੰਦੋਲਨ ਚਲਾਇਆ ਇਹ ਸਾਰਾ ਅੰਦੋਲਨ ਨਹੀਂ ਆਰਐਸਐਸ ਬੈਕ ਸੀ ਆਰਐਸਐਸ ਦੀ ਸਮਝ ਇਹ ਹੈ ਵੀ ਇੱਕ ਬੰਦੇ ਦੇ ਹੱਥ ਸਾਰੀ ਤਾਕਤ ਹੋਣੀ ਚਾਹੀਦੀ ਹੈ ਪੂਰਾ ਮੁਲਕ ਇੱਕ ਕਿਸੇ ਨੂੰ ਚੂ ਚੂ ਨਾ ਕਰਨ ਦਿਓ ਉਹ ਲੋਕਪਾਲ ਕੋ ਜਦ ਤੁਸੀਂ ਸਾਰੀ ਤਾਕਤ ਦੇ ਚੂ ਜਿਹਦਾ ਮਰਜੀ ਲੋਕਪਾਲ ਸੀ ਇੱਕ ਬਿਊਰੋਕਰੇਟੀ ਹੈ ਨਾ ਬੇਸਿਕਲੀ ਚਾਹੇ ਉਹ ਪੋਲਿਟਿਸ਼ੀਅਨ ਬਾਬਾ ਹੋ ਜਾਏ ਔਰ ਉਹਦੇ ਥੱਲੇ ਮਸ਼ੀਨਰੀ ਕਿਹੜੀ ਹੈ ਮਸ਼ੀਨਰੀ ਤਾਂ ਉਹੀ ਹੈ ਜਿਹੜੀ ਹੁਣ ਆਲੀਆ ਨਵੀਂ ਲਾ ਦੋਗੇ ਤਾਂ ਵੀ ਮਸ਼ੀਨਰੀ ਹੋਈ ਹੈ ਨਾ ਉਹ ਗੇ ਸੀਵੀਆਈ ਸੀਵੀਸੀ ਤੇ ਜਾਂ ਜਿਹੜੀਆਂ ਹੋਰ ਏਜੰਸੀਆਂ ਨੇ ਜਾਂ ਇੱਥੇ ਇਹਨਾਂ ਦਾ ਵੀ ਇੱਕ ਵੰਸ ਵਿਭਾਗ ਹੈ ਆਈਬੀ ਹੈ ਉਹਨਾਂ ਦੇ ਰਾਹੀਂ ਉਹ ਵੀ ਤਾਂ ਅਫਸਰੀ ਨੇ ਨਾ ਪਰ ਉਹਨਾਂ ਦੀ ਇੱਕ ਦੂਜੇ ਪਾਸੇ ਵੱਧ ਵੀ ਹੁੰਦੀ ਹੈ ਸੋ ਲੋਕਪਾਲ ਜਿਹੜਾ ਹੈ ਉਹਦਾ ਕੋਈ ਬਹੁਤਾ ਹੱਲ ਨਹੀਂ ਸੀ ਪਹਿਲਾਂ ਤਾਂ ਅਸੀਂ ਕਹਿੰਦੇ ਸੀ ਕੋਈ ਲੋਕ ਲੋਕਪਾਲ ਕੋਈ ਹੱਲ ਨਹੀਂ ਹੈ ਹਾਂ ਇਹ ਹੈ ਵੀ ਲੋਕਤੰਤਰ ਠੀਕ ਹੋਵੇ ਲੋਕਪਾਲ ਦੀ ਬਜਾਏ ਲੋਕਤੰਤਰ ਨੂੰ ਤਕੜਾ ਕਰਨਾ ਇਹ ਲੋਕਤੰਤਰ ਨੂੰ ਕਮਜ਼ੋਰ ਕਰਕੇ ਲੋਕਪਾਲ ਬਣਾਉਣਾ ਚਾਹੁੰਦੇ ਆ ਆ ਫਰਕ ਹੈ ਜੀ ਉਹ ਨਾਮ ਹੀ ਆਪਣੇ ਆਪ ਚ ਉਲਟਾ ਹੈ ਵੀ ਲੋਕਪਾਲ ਉਹ ਲੋਕਾਂ ਨੂੰ ਥੋੜਾ ਬਾਲਦਾ ਇਹ ਨਾਮ ਹੀ ਆਪਣੇ ਆਪ ਚ ਮਤਲਬ ਦਿੱਕਤ ਪੈਦਾ ਕਰਨ ਵਾਲਾ ਹੈ ਪਰ ਪੰਜਾਬ ਦੇ ਵਿੱਚ ਲੋਕਪਾਲ ਇੱਕ ਕਿਸਮ ਦਾ ਹੈਗਾ ਇੱਕ ਜੱਜ ਸਾਹਬ ਦੇ ਚੇਅਰਮੈਨ ਰੱਖਦੇ ਨੇ ਹੁਣ ਵੀ ਲੱਗੇ ਹੋਏ ਨੇ ਉਹਨਾਂ ਕੋ ਸਾਰੇ ਅਸਰਾਨੀਆਂ ਕਰਾਪਸ਼ਨ ਦੀਆਂ ਹੋਰ ਦੀਆਂ ਜਾਇਦਾਦਾਂ ਦੇ ਸ਼ਿਕਾਇਤਾਂ ਹੋ ਸਕਦੀਆਂ ਨੇ ਪਹਿਲਾਂ ਤਾਂ ਪਿਛਲੀ ਸਰਕਾਰ ਨੇ ਕਾਫੀ ਦਿਨ ਲਾਇਆ ਹੀ ਨਹੀਂ ਸੀ 4-5 ਸਾਲ ਖਾਲੀ ਰਹੀ ਪੋਸਟ ਪਰ ਉੱਥੇ ਕਿੰਨੀਆਂ ਕਿ ਤਫ਼ਤੀਸ਼ਾਂ ਹੋ ਰਹੀਆਂ ਨੇ ਕਿਉਂਕਿ ਉਹ ਹੀ ਤਰੀਕਾ ਹੈ ਬਿਊਰੋਕ੍ਰੈਟਿਕ ਉਹ ਹੈ ਪਰ ਹਿਊਮਨ ਰਾਈਟ ਕਮਿਸ਼ਨ ਹੈ ਔਮਨ ਰਾਈਟ ਕਮਿਸ਼ਨ ਹੈ ਲੋਕਪਾਲ ਵੀ ਏਦਾਂ ਦਾ ਇੱਕ ਕਮਿਸ਼ਨ ਹੀ ਆ ਨਾ ਬੇਸਿਕਲੀ ਕਿ ਏਦਾਂ ਹੀ ਰਾਈਟ ਟੂ ਇਨਫੋਰਮੇਸ਼ਨ ਇੱਕ ਕਮਿਸ਼ਨ ਹੈ ਰਾਈਟ ਟੂ ਸਰਵਿਸ ਬਿਸਾਨੂ ਸਮੇਸਰ ਸਦਾ ਕੰਮ ਹੋ ਉਹਦਾ ਵੀ ਇੱਕ ਕਮਿਸ਼ਨ ਹੈ ਤੁਸੀਂ ਕਿੰਨੇ ਕੁ ਤੁਸੀਂ ਬਿਰੋਕਰੇਟ ਬਿਠਾਈ ਜਾਓਗੇ ਜਾਂ ਜੱਜ ਬਿਠਾਈ ਜਾਓਗੇ ਜਿਹਨਾਂ ਥੱਲੇ ਆਮਲਾ ਜਾਂ ਲਾ ਕੇ ਫਿਰ ਉਹਨੂੰ ਅਰਜਾਂ ਦੇਈ ਜਾਓਗੇ ਫਿਰ ਉਹਨਾਂ ਅਰਜਾਂ ਸੁਣਨੀਆਂ ਨਹੀਂ ਫਿਰ ਉਹਨੇ ਬਹਾਨੇ ਲਾਈ ਜਾਂਦੇ ਨੇ ਜਦ ਤੱਕ ਇਹ ਨਹੀਂ ਦੱਸਿਆ ਜਾਂਦਾ ਵੀ ਜਿਹੜੇ ਬੰਦੇ ਨੇ ਉਹ ਗਲਤ ਬਹਾਨਾ ਲਾਇਆ ਹੈ ਉਹਨੂੰ ਸਜ਼ਾ ਮਿਲੂਗੀ ਜੇ ਗਲਤ ਲਾਇਆ ਧਿਆਨ ਬੁੱਝ ਕੇ ਫਿਰ ਤਾਂ ਠੀਕ ਕੰਮ ਕਰੇਗਾ ਜਦ ਧਿਆਨ ਬੁੱਝ ਕੇ ਕਰੇ ਦੀ ਉਹਦੇ ਬਾਸ ਨੂੰ ਸਜ਼ਾ ਮਿਲਣੀ ਹੋਣੀ ਜੋ ਬਾਸ ਕਹਿੰਦਾ ਵੈਂਕੀ ਲੈਣਾ ਬਾਗੂ ਨਹੀਂ ਸਾਡੀ ਦੇਖਦਾ ਉਹਤੇ ਕੋ ਗੀ ਮਾਰਦੇ ਨੇ ਇਹਨਾਂ ਨੂੰ ਕੋਈ ਬਿਮਾਰਨ ਵਾਸਤੇ ਨਹੀਂ ਰੱਖਿਆ ਹੋਇਆ ਆਸਰਾ ਨੂੰ ਇਹ ਅੰਦਰ ਤੇ ਕੋ ਗੀ ਮਾਰਦੇ ਨੇ ਕਈ ਤਾਂ ਅੱਗੇ ਲਿਖ ਦਿੰਦੇ ਪ੍ਰਵਾਨ ਹੈ ਹੁਣ ਪ੍ਰਵਾਨ ਹੈ ਵੀ ਨਹੀਂ ਲਿਖਦੇ ਤੇ ਪੜ੍ਹਦੇ ਤਾਂ ਹੈ ਹੀ ਨਹੀਂ ਬਹੁਤੇ ਕੋਦੇ ਕਿਤੇ ਇੱਕ ਅੱਧਾ ਨੋਟ ਤਾਂ ਮੈਂ ਲਿਖਦੇ ਨੇ ਆਪਦੇ ਵੱਲੋਂ ਛੱਡੇ ਬਸ ਇੱਕ ਇੱਕ ਬਾਬੂ ਲਿਖਦਾ 10ਵੀਂ 12ਵੀਂ ਬੀਏ ਜੋ ਵੀ ਹੈ ਉਹ ਜਿਹੜਾ ਉਹਨੂੰ ਚੰਗਾ ਲੱਗਦਾ ਉਹ ਲਿਖ ਦਿੰਦਾ ਛੱਡੇ 100% ਕਦੀ ਦੋ ਲਾਈਨਾਂ ਲਿਖਦਾ ਕਦੇ ਨਹੀਂ ਲਿਖਦਾ ਅੱਗੇ ਬਸ ਉਹ ਘੁੱਗੀ ਵੱਜਦੀ ਜਾਂਦੀ ਹੈ ਕਿ ਐਹੀ ਘੁੱਗੀਆਂ ਵੱਜਣਾ ਤਾਂ ਹੀ ਸਰਕਾਰ ਖਰਾਬ ਹੈ ਤਾਂ ਹੀ ਰਹੀ ਹੈ ਤੁਸੀਂ ਸ਼ਿਕਾਇਤ ਕਰਕੇ ਸਿਰ ਪਟਕੇ ਦੇਜੋਗੇ ਤੁਹਾਡੀ ਸ਼ਿਕਾਇਤ ਸੁਣੀ ਨਹੀਂ ਜਾਣੀ ਕਿਉਂਕਿ ਮੈਨੂੰ ਜਿਹੜਾ ਨਿੱਜੀ ਤਜਰਬਾ ਮੈਂ ਤਾਂ ਉਹ ਇਹੀ ਕਰਦਾ ਕਿਉਂਕਿ ਮੈਂ ਤਾਂ ਕੋਈ ਸਰਫਰਸ਼ਨਾ ਕੰਮ ਕਰਾਉਣਾ ਨਹੀਂ ਹੁੰਦਾ ਆ ਪੰਜਾਬੀ ਯੂਨੀਵਰਸਿਟੀ ਨੂੰ ਪਤਾ ਸਹਾਇਕ ਪ੍ਰੋਫੈਸਰਾਂ ਦੇ ਵਾਸਤੇ ਵੀ ਮੈਨੂੰ ਦਿਓ ਸੂਚਨਾ ਪਹਿਲਾਂ ਤਾਂ ਲਿਖ ਕੇ ਭੇਜਤਾ ਵੀ ਸੀ ਸੂਚਨਾ ਦੇਣੀ ਨਹੀਂ ਕਿਉਂਕਿ ਕੋਟਸ ਕੇਸ ਆ ਪਰ ਤੁਹਾਡੇ 100 ਰੁਪਏ ਦਾ ਪੋਸਟਰ ਆਰਡਰ ਨਹੀਂ ਆਇਆ ਮੈਂ ਉਹ ਲਾ ਕੇ ਤੇ ਨਾਲ ਤੁਸੀਂ ਆਪ ਦਾ ਆਧਾਰ ਕਾਰਡ ਲਾਓ ਕੁਛ ਇਸ ਤਰ੍ਹਾਂ ਦਿੱਖਦਾ ਆਧਾਰ ਕਾਰਡ ਦੀ ਕੋਈ ਉਹਦੇ ਵਿੱਚ ਪ੍ਰਵਿਧਾਨ ਨਹੀਂ ਮੈਂ ਲਿਖਿਆ ਵੀ ਕੋਈ ਆਧਾਰ ਕਾਰਡ ਦੀ ਪ੍ਰਵਿਧਾਨ ਹੈ ਨਹੀਂ ਤੁਸੀਂ ਫੇਰ ਵੀ ਗਲਤ ਕਹਿੰਦੇ ਹੋ ਤੇ ਆ ਮੈਂ 10 ਰੁਪਏ ਦਾ ਪੋਸਟਾਟ ਭੇਜਦਾ ਫੇਰ ਮੈਨੂੰ ਲਿਖ ਕੇ ਭੇਜਤਾ ਵੀ ਐਨੇ ਪੋਸਟਾਟ ਦੇ ਐਨੇ ਫਲਾਣੇ ਉਹ ਕਾਗਜ਼ਾਂ ਦੇ ਪੈਸੇ ਤੱਤੀ 35 40 ਰੁਪਏ ਸੀਗੇ ਬਾਕੀ ਕਹਤਾ ਵੀ ਡਾਕ ਦਾ ਖਰਚਾ ਸਾਨੂੰ ਤੁਸੀਂ 100 ਕਿੰਨੇ ਰੁਪਏ ਭੇਜੋ ਹੈ ਇਹ ਗੱਲ ਪਹਿਲਾਂ ਲਿਖਣੀ ਪੈਂਦੀ ਸੀ ਜਾਂਦਰ ਸੂਚਨਾ ਤੁਸੀਂ ਮੈਨੂੰ ਕਹਤਾ ਮੈਂ ਦੇਣੀ ਨਹੀਂ ਪਿੱਛੋਂ ਤੁਸੀਂ ਇਹ ਆਬਜੈਕਸ਼ਨ ਲਾਤਾ ਵੀ ਤੁਸੀਂ ਪੈਸੇ ਭੇਜੋ ਇਹ ਤੋਂ ਪਤਾ ਲੱਗਦਾ ਵੀ ਤੁਸੀਂ ਖਰਾਬ ਕਰ ਰਹੇ ਹੋ ਹੁਣ ਮੈਂ ਜੇ ਕਹਾ ਜੇ ਮੈਂ ਇਸ ਕੇਸ ਨੂੰ ਐਗਜ਼ਾਮਨ ਕਰਨਾ ਹੋਵੇ ਮੇਰੇ ਕਰਕੇ ਨਹੀਂ ਕਿਸੇ ਹੋਰ ਦਾ ਵੀ ਹੋਵੇ ਮੈਂ ਉਹ ਆਪਸ਼ਨ ਉਹ ਹੀ ਫਾਲਣ ਕਰਾਂਗਾ ਵੀ ਚੁਆ ਲਾਈਨ ਲਿਖੀ ਸੀ ਨਾ ਵੀ ਤੈਨੂੰ ਸੂਚਨਾ ਨਹੀਂ ਦੇਣੀ ਤੂੰ ਆਏ ਦੱਸ ਵੀ ਇਹ ਕਿਵੇਂ ਲਿਖੀ ਹੂੰ ਨਹੀਂ ਤਾਂ ਬੰਦਾ ਤੈਨੂੰ ਪਹਿਲੇ ਨਾਲ 50 ਰੁਪਏ ਹੋਰ ਭੇਜ ਦਿੰਦਾ ਜੇ ਤੂੰ ਪਹਿਲੇ ਹੀ ਲਿਖਦਾ ਵੀ ਸੂਚਨਾ ਤੈਨੂੰ ਮਿਲ ਜੂ ਤੇਰਾ ਹੈ ਨਹੀਂ ਐਨੇ ਪੈਸੇ ਬੰਦ ਨੇ ਸੂਚਨਾ ਦਾ ਸਾਰਾ ਕਟਾ ਤੇ ਜੋ ਭੇਜ ਦਿੰਦਾ ਅਗਲਾ ਤੂੰ ਸੂਚਨਾ ਨਾ ਦੇਣ ਵਾਸਤੇ ਡਿਲੇ ਕਰਨ ਵਾਸਤੇ ਸਾਰਾ ਕੰਮ ਕਰਨਾ ਤੇਨੂੰ ਇਸ ਕੰਮ ਦੀ ਤਨਖਾਹ ਮਿਲਦੀ ਹੈ ਵੀ ਗੇੜੇ ਡਵਾਈ ਜਾਵੇਂ ਆਰੇ ਸਰਕਾਰ ਦੇ ਨਿਯਮ ਐ ਵੈਸੇ ਸੈਕਰੀਟਰੀ ਮੈਨੂਅਲ ਤੇ ਲਿਖਿਆ ਹੋਇਆ ਵੀ ਜਿਹੜਾ ਵੀ ਤੁਸੀਂ ਅਤਰਾਜ ਲਾਉਣਾ ਸਿਰਫ ਇੱਕ ਵਾਰੀ ਲਾਉਣਾ ਸੋ ਇਸ ਕਰਕੇ ਲੋਕਪਾਲ ਦੀ ਗੱਲ ਨੂੰ ਤੁਸੀਂ ਭੁੱਲ ਜੋ ਲੋਕਪਾਲ ਲੱਗਿਆ ਹੋਇਆ ਹੈ ਪੰਜਾਬ ਦੇ ਵਿੱਚ ਜੱਜ ਸਾਹਿਬ ਨੇ ਤੇ ਪਰ ਕੰਮ ਕੋਮ ਹੈ ਜੀ ਹੁੰਦਾ ਕਿਉਂਕਿ ਜੱਜ ਸਾਹਿਬ ਨੇ ਜਿਹੜੇ ਉਹਨਾਂ ਕੋਈ ਫਾਈਲਾਂ ਪੇਸ਼ ਹੋਣੀਆਂ ਨੇ ਜਿਵੇਂ ਹੋਣਾ ਕੋਈ ਸਿਸਟਮ ਉਹੀ ਬਿਊਰੋਕ੍ਰੇਸੀ ਹੈ ਉਹੀ ਸੈਕਰੀਟਰੀ ਦੇ ਬਾਬੂ ਉੱਥੇ ਲੱਗਦੇ ਨੇ ਉਹੀ ਉੱਥੇ ਸੁਪਰਡੈਂਟ ਲੱਗਦੇ ਨੇ ਅਰੇ ਇੱਕ ਕਮਿਸ਼ਨ ਨਹੀਂ ਮੈਂ ਤਾਂ ਤੁਹਾਨੂੰ ਕਿੰਨੇ ਕਮਿਸ਼ਨ ਕਰਾਪੇ ਸਾਰੇ ਜਿਹੇ ਇਹੀ ਕੁਛ ਹੈ ਤੁਸੀਂ ਕਰ ਲਓ ਸ਼ਿਕਾਇਤ ਹਿਊਮਨ ਰਾਈਟ ਕਮਿਸ਼ਨ 'ਚ ਕਰ ਲਓ ਤੁਸੀਂ ਸ਼ਡਿਊਲਡ ਕਾਸ ਕਮਿਸ਼ਨ 'ਚ ਕਰ ਲਓ ਤੁਸੀਂ ਬੈਕਗ੍ਰਾਉਂਡ ਕਲਾਸ ਕਮਿਸ਼ਨ 'ਚ ਕਰ ਲਓ ਤੁਸੀਂ ਰਾਈਟ ਟੂ ਸਰਵਿਸ ਐਕਟ ਦੇ ਵਿੱਚ ਕਰ ਲਓ ਇੱਕ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅੰਦਰ ਜਿਹੜਾ ਕਮਿਸ਼ਨ ਆ ਉਹ ਫੇਰ ਵੀ ਕੰਮ ਕਰ ਰਿਹਾ ਹੈ ਫੇਰ ਵੀ ਉੱਥੇ ਤੁਹਾਨੂੰ ਕੋ ਗੇੜੇ-ਗੂੜੇ ਲਵਾ ਕੇ ਦੇ ਦਿੰਦੇ ਹਾਲਾਂਕਿ ਉੱਥੇ ਵੀ ਜਿਹੜੇ ਲਾਉਂਦੇ ਨੇ ਆ ਬਾਅਦ ਚੋ ਕਾਂਗਰਸ ਨੂੰ ਉਹਨੇ ਜੁਆਇਨ ਕਰਿਆ ਚੌਥਾ ਦੇ ਪਟਿਆਲੇ ਚੋਂ ਚੋਣ ਲੜਿਆ ਸੀ ਉਹਨੇ ਇੱਕ ਮੈਂ ਮੇਰੀ ਅਰਜੀ ਥੀ ਉਹਦੇ ਤੇ ਫੈਸਲਾ ਅਨਾਉਂਸ ਕਰਨ ਤੋਂ ਬਾਅਦ ਕਿ ਦੂਜੇ ਦਿਨ ਉਹਨੇ ਛੱਡ ਦੇਣਾ ਸੀ ਕਾਂਗਰਸ ਜੁਆਇਨ ਕਰਨੀ ਸੀ ਜੰਦੋਂ ਇਹ ਫੈਸਲਾ ਮੇਰੇ ਉਲਟ ਲਿਖ ਗਿਆ ਅਨਾਉਂਸ ਮੇਰੇ ਹੱਕ 'ਚ ਫੈਸਲਾ ਹੋਇਆ ਹੋਇਆ ਮੇਰੇ ਉਲਟ ਫੈਸਲਾ ਲਿਖ ਕੇ ਗਿਆ ਫਿਰ ਮੈਂ ਉਹਦੀ ਅਪੀਲ ਪਾਈ ਦੁਬਾਰਾ ਉਹਨੇ ਕਿਹਾ ਵੀ ਮੈਂ ਲਿਖਿਆ ਵੀ ਇਹ ਨਹੀਂ ਤਾਂ ਆਪ ਫੈਸਲਾ ਕਰੇ ਸੀ ਇਹ ਨਹੀਂ ਕਿਵੇਂ ਬਦਲਤਾ ਇਹ ਜਾਂਦਾ ਹੋਇਆ ਬਦਲ ਗਿਆ ਫਿਰ ਉਹਦੀ ਦੁਬਾਰਾ ਸੁਣਵਾਈ ਹੋਈ ਤੇ ਜਿਹੜੇ ਸਬੰਧਤ ਅਧਿਕਾਰੀ ਸੀ ਉਹਨਾਂ ਨੂੰ 5000 ਰੁਪਏ ਜੁਰਮਾਨਾ ਹੋਇਆ ਹੂੰ ਤਾਂ ਮੈਂ ਕਹਿਣਾ ਉਹ ਵੀ ਤਾਂ ਕਿ ਮੈਂ ਜਿੱਜੀ ਸੀ ਮੈਂ ਪਿੱਛੇ ਲੱਗਿਆ ਰਹਿੰਦਾ ਸੀ ਅਗਲੀ ਗੱਲ ਜਿਹੜਾ ਇਹ ਉਹ ਲੱਗਦੇ ਨੇ ਇਹ ਚੀਫ ਕਮਿਸ਼ਨਰ ਉਹ ਆਈਏ ਸਬਸਰੀ ਹੁੰਦੇ ਨੇ ਬਹੁਤਾਂ ਨੂੰ ਪਤਾ ਸੀ ਵੀ ਇਹ ਬੰਦਾ ਤਾਂ ਜਿੱਦਿਆਂ ਤਾਂ ਹਟਣਾ ਨਹੀਂ ਐਂ ਤਾਂ ਫਿਰ ਕੋਰਟ ਚੜੇ ਜਾਣ। ਵੀ ਆਪਾਂ ਇਨਸਾਫ ਕਰ ਦਈਏ। ਨਹੀਂ ਤਾਂ ਇਨਸਾਫ ਕਰਨਾ ਬਹੁਤ ਔਖਾ ਹੁੰਦਾ ਹੈ। ਅੱਛਾ ਕਈਆਂ ਦੇ ਮਨ 'ਚ ਹੀ ਹੁੰਦਾ ਹੈ ਵੀ ਚਲੋ ਯਾਰਾਂ ਛੋਟੀ ਜਿਹੀ ਗੱਲ ਦਾ ਇਨਸਾਫ ਤਾਂ ਕਰੋ। ਮੇਰਾ ਮਤਲਬ ਇਨਸਾਫ ਤੋਂ ਐ ਮੇਰਾ ਮਤਲਬ ਇਹ ਵੀ ਨਹੀਂ। ਲੋਕਪਾਲ ਹੋਣ ਦੇ ਬਾਵਜੂਦ ਲੋਕਪਾਲ ਨੂੰ ਮੈਂ ਵੀ ਪਾਈਆਂ ਹੋਈਆਂ ਸ਼ਿਕਾਇਤਾਂ। ਜੀ ਬਹੁਤ ਸਾਰੇ ਅਫਸਰਾਂ ਦੀਆਂ ਹਿਰਫਰੀਆਂ ਨੇ ਪਾਈਆਂ ਨੇ। ਕੋਈ ਨਹੀਂ ਸੁਣਦਾ ਇਹ ਤ੍ਰੇਖ ਆਪਾਂ ਛੱਡੀਏ। ਇਹ ਲੋਕਪਾਲ ਦਾ ਜਿਹੜੇ ਮੰਗ ਕਰਦੇ ਨੇ ਕਿਉਂਕਿ ਹੁਣ ਜਦ ਇਹ ਸਰਕਾਰ ਬਣੀ ਐ ਇਹ ਇਸ ਤਰ੍ਹਾਂ ਤਰ੍ਹਾਂ ਦੀਆਂ ਮੰਗਾਨੀਆਂ ਸੈਕਟੇਟ ਕਿੰਨਾ ਦਾ ਦਫਤਰ ਹੈ ਜੇ ਕਿਸੇ ਨੇ ਲੋਕਪਾਲ ਦੇ ਨਾਂ ਤੇ ਅਰਜੀ ਪਾਉਣੀ ਹੋਵੇ ਪੰਜਾਬ ਦੇ ਲੋਕਪਾਲ ਦੇ ਨਾਂ ਤੇ ਸੈਕਟੇਟ ਲਿਖ ਕੇ ਪਾ ਦੇ ਆਪੇ ਪਹੁੰਚ ਜਾਓ ਉਹਦੇ ਕੋਲੇ ਬਾਹਰ ਦੇ ਵਿੱਚ ਜੇ ਖਲਾਫ ਪਾਉਣੀ ਆ ਬਈ ਆ ਡੀਸੀ ਖਰਾਬ ਕਰਦਾ ਐ ਐਸਡੀਐਮ ਖਰਾਬ ਕਰਦਾ ਆਫਸਰ ਖਰਾਬ ਕਰਦਾ ਪੋਲੀਟੀਸ਼ੀਅਨ ਖਰਾਬ ਕਰਦਾ ਭਾਵੇਂ ਮੰਤਰੀ ਖਰਾਬ ਕਰਦਾ ਸੋ ਇਹ ਜਿਹੜਾ ਇੱਕ ਗੱਲ ਸਮਝੋ ਤੁਸੀਂ ਆਪਾਂ ਪ੍ਰੈਜ਼ੀਡੈਂਟ ਹੋਈ ਜੇ ਨੂੰ ਸਭ ਨੂੰ ਪਾਵਰ ਮਿਲ ਜਾਣ ਤੇ ਫਿਰ ਤਾਂ ਪ੍ਰੈਜ਼ੀਡੈਂਟ ਟਾਈਪ ਦੀ ਗਵਰਨਮੈਂਟ ਹੋ ਗਈ ਸਾਡੀ ਚੁਣੀ ਹੋਈ ਗਵਰਨਮੈਂਟ ਐ ਸੋ ਮੈਨੂੰ ਇਹ ਹਮੇਸ਼ਾ ਰਿਹਾ ਕਿਸਾਨ ਅੰਦੋਲਨ ਜਦ ਕਹਿੰਦੇ ਸੀ ਜੇ ਅਦਾਲਤ ਚ ਨਹੀਂ ਜਾਂਦੇ ਅਦਾਲਤ ਕਿਉਂ ਜਾਂਦੇ ਜਦ ਪਾਰਲੀਮੈਂਟ ਨੂੰ ਅਸੀਂ ਕਹਿ ਸਕਦੇ ਹਾਂ ਵੀ ਤੁਸੀਂ ਕਾਨੂੰਨ ਬਣਾਇਆ ਨੂੰ ਵਾਪਸ ਲਓ ਸੋ ਜਿਹੜੇ ਭ੍ਰਿਸ਼ਟਾਚਾਰ ਬੰਦ ਹੋਣਾ ਹੈ ਉਹ ਕਾਗਿਜ਼ੀ ਕਾਰਵਾਈਆਂ ਨਾਲ ਨਹੀਂ ਬੰਦ ਹੋਣਾ ਕਾਗਜ਼ਾਂ 'ਚ ਤਾਂ ਹਾਂ ਕਮਾ ਦਿੰਦੇ ਨੇ ਜਿਹਦਾ ਹਿਸਾਬ ਹੀ ਕੋਈ ਨਹੀਂ ਇਤਿਹਾਸ ਦੀ ਕਿਤਾਬ 'ਤੇ ਅਸੀਂ ਰੋਜ਼ ਹੀ ਜਾਂਦੇ ਆ ਇੱਥੇ ਕੋਈ ਅਫਸਰ ਆ ਰਿਹਾ ਕੋਈ ਆ ਕੇ ਕੁਝ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਭਾਈ ਮੁੱਦਾ ਤਾਂ ਇਹ ਹੈ ਵੀ ਗੁਰਬਾਣੀ ਕਿਤਾਬ 'ਚ ਗੰਤ ਲਿਖੀ ਹੈ ਤੁਸੀਂ ਉਹਨੂੰ ਮਨਾਨ ਕਰ ਲੋ ਵੀ ਜੇ ਗਲਤ ਲਿਖਿਆ ਭਾਈ ਕਿਉਂ ਲਿਖਿਆ ਜਾਂ ਤੁਸੀਂ ਕਹੋ ਹਾਂ ਲਿਖੀ ਜਾ ਸਕਦੀ ਹੈ ਔਰ ਐਸਜੀਪੀਸੀ ਵੀ ਕਿਉਂਕਿ ਉਹ ਇਤਿਹਾਸ ਦੀਆਂ ਕਿਤਾਬਾਂ ਤੇ ਪੈਸਾ ਹੈ ਐਸਜੀਪੀਸੀ ਵੀ ਨਾਲ ਰਹੀ ਹੋਈ ਹੈ ਉਹ ਵੀ ਜਿਹੜੇ ਧਰਨਾ ਮਾਰ ਰਹੇ ਨੇ ਉਹਨਾਂ ਦੇ ਖਿਲਾਫ ਹੈ ਫਿਰ ਇਨਸਾਫ ਦੇਣਾ ਕਿ ਕੀ ਕਰੂ ਉਹ ਐਸਜੀਪੀਸੀ ਦੀ ਸੁਣੋ ਅਕਾਲ ਤਖਤ ਦੀ ਸੁਣੋ ਜਾਂ ਉਹ ਕਿਸੇ ਵਿਅਕਤੀ ਦੀ ਸੁਣੋ ਸੋ ਇਸ ਕਰਕੇ ਮੈਂ ਇੱਕੋ ਲਾਈਨ ਇਹ ਕਹਿਣਾ ਚਾਹੁੰਦਾ ਸੀ ਲੋਕਪਾਲ ਨਾ ਲੋਕਪਾਲ ਦਾ ਕੋਈ ਫਰਕ ਨਹੀਂ ਪੈਂਦਾ ਸਵਾਲ ਹੈ ਭ੍ਰਿਸ਼ਟਾਚਾਰ ਤੋਂ ਦੂਰ ਕਰਨ ਵਾਸਤੇ ਨੀਤੀ ਤੇ ਨੀਤੀ ਦੀ ਲੋੜ ਹੈ ਜੀ ਬਿਲਕੁਲ ਡਾਕਟਰ ਸਾਹਿਬ ਜਿੱਥੋਂ ਤੱਕ ਗੱਲ ਇਹ ਆ ਕਿ ਭ੍ਰਿਸ਼ਟਾਚਾਰ ਹੈ ਕਿੱਥੇ ਕੀਤਾ ਕਿਸ ਪੱਧਰ ਤੇ ਹੈ ਕਿਵੇਂ ਕੰਮ ਕਰਦਾ ਅਫਸਰ ਸਾਹੀ ਤੋਂ ਲੈ ਕੇ ਉੱਪਰ ਤੱਕ ਜਿਹੜੇ ਮਤਲਬ ਕਿ ਲੋਕਾਂ ਦੇ ਚੁਣੇ ਨੁਮਾਇੰਦੇ ਹੁੰਦੇ ਨੇ ਐਮ ਐਲ ਏ ਮੰਤਰੀ ਇਹ ਸਾਰਾ ਕੁਝ ਕੀ ਪਹਿਲਾਂ ਇਹਦਾ ਹਿਸਾਬਕ ਤੱਕ ਥੋੜਾ ਜਿਹਾ ਨਹੀਂ ਰੱਖਣਾ ਚਾਹੀਦਾ ਹਾਲਾਂਕਿ ਕਈ ਵੀਡੀਓਜ਼ ਹੁਣ ਵਾਇਰਲ ਹੋ ਰਹੀਆਂ ਕਿ ਕੋਈ ਜਾ ਕੇ ਕਿਤੇ ਛਾਪਾ ਮਾਰ ਰਿਹਾ ਅਫਸਰ ਉਹ ਨਿਚਲੇ ਲੈਵਲ ਦੇ ਉੱਤੇ ਕਾਰਵਾਈ ਹੋ ਰਹੀ ਹੈ ਜੇ ਕੋਈ ਬਾਹਰ ਦੋ ਨੰਬਰ ਦਾ ਕੰਮ ਕਰਦਾ ਪਰ ਜੇ ਉਹਦਾ ਹਿੱਸਾ ਤਾਂ ਉੱਪਰ ਜਾਂਦਾ ਹੈ ਨਾ ਉੱਪਰ ਤੇ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ ਠੀਕ ਕਿਹਾ ਹੈ ਮੋਟੇ ਤੌਰ ਤੇ ਪਤਾ ਹੋਣਾ ਚਾਹੀਦਾ ਬਰੀਕੀ ਕੋਈ ਜ਼ਰੂਰੀ ਨਹੀਂ ਹੁੰਦੀ ਹਰ ਇੱਕ ਗੱਲ ਦੀ ਬਰੀਕੀ ਡੱਬ ਨਾ ਕੇ ਜਿਉਂਗੇ ਫਿਰ ਤੁਹਾਨੂੰ ਸਾਲਾਂ ਦਾ ਵਧੀਆ ਇਸੇ ਕੰਮ ਚ ਲੱਗ ਜਾਊਗਾ ਰਿਸ਼ਤਾਚਾਰ ਦਾ ਇੱਕ ਵੱਡਾ ਤਰੀਕਾ ਮੁਲਾਜ਼ਮ ਗੈਰ ਹਾਜ਼ਰ ਰਹਿੰਦੇ ਨੇ ਜਾਂ ਆਪਦੇ ਇਮੀਡੀਏਟ ਬੌਸ ਨੂੰ ਪੈਸੇ ਦਿੰਦੇ ਜਾਂ ਉੱਪਰ ਤੱਕ ਪੈਸੇ ਦਿੰਦੇ ਨੇ ਸਿੱਕਾ ਮੈਕਮ ਵਿੱਚ ਉੱਪਰ ਤੱਕ ਨਹੀਂ ਜਾਂਦੇ ਉਹ ਇਮੀਡੀਏਟ ਬੌਸ ਨਾਲ ਸਾਲਾਵਾਣਾ ਕਰ ਲੈਂਦੇ ਨੇ ਬਿਜ਼ਨਸ ਕਰ ਦਿੰਦੇ ਨੇ ਜਿਹੜਾ ਹੈਲਥ ਮੈਕਮ ਹੈ ਉਹਦੇ ਚ ਉੱਪਰ ਤੱਕ ਜਾਂਦੇ ਨੇ ਰੂਰਲ ਰੀਟੇ ਡਾਕਟਰਾਂ ਦੇ ਗਿਨੇ ਪੈਸੇ ਦਿੰਦੇ ਨੇ ਰੂਰਲ ਪੰਚਾਇਤ ਡਿਪਾਰਟਮੈਂਟ ਦੇ ਅੰਡਰ ਨੇ ਉਹਨੂੰ ਪੈਸੇ ਜਾਂਦੇ ਨੇ ਉਹ ਜਾਣ ਨਾ ਜਾਣ ਜਿੱਦੋਂ ਉਹਨਾਂ ਦੀ ਆਪਸੀ ਪੈਸੇ ਬਣਦੀ ਲੜਾਈ ਪੰਜੇ ਉੱਧਰੌੜਾ ਪੈਂਦਾ ਏ ਇਸੇ ਤਰ੍ਹਾਂ ਹੀ ਜਿਹੜੇ ਆਯੁਰਵੇਦ ਹੋਮੋਪੈਥੀ ਵਾਲੇ ਨੇ ਉਹ ਹੈਲਥ ਵਿਭਾਗ ਦੇ ਅੰਦਰ ਨੇ ਉਹ ਵੀ ਪੈਸੇ ਦਿੰਦੇ ਨੇ ਔਰ ਅਸੀਂ ਯੂਨੀਅਨ ਦੇ ਨੁਮਾਇੰਦਿਆਂ ਦੇ ਬਤੌਰ 'ਨੂੰ ਕਿੰਨੇ ਵਾਰੀ ਮੰਤਰੀਆਂ ਨੂੰ ਕਿਹਾ ਕੋਈ ਅੱਜ ਦੀ ਗੱਲ ਨਹੀਂ ਹੈ ਪਿਛਲੇ 30 ਸਾਲ ਪਹਿਲਾਂ ਵੀ ਅਸੀਂ ਕਹਿੰਦੇ ਸੀ 40 ਸਾਲ ਪਹਿਲਾਂ ਵੀ ਕਹਿੰਦੇ ਸੀ ਵੀ ਆਹ ਦਵਾਈਆਂ ਦੀ ਪਰਚੇ ਚ ਜਮਾਪ੍ਰਿਸ਼ਟਾਚਾਰ ਹੋ ਰਿਹਾ ਉਦਾਹਰਨਾਂ ਦਿੰਦੇ ਸੀ ਔਰ ਮੰਤਰੀ ਚੰਗੇ ਵੀ ਸੀ ਕਈ ਉਹਦੇ ਤੇ ਮੜਮੋਟਾ ਐਕਸ਼ਨ ਵੀ ਲੈ ਲੈਂਦੇ ਸੀ ਪਰ ਜਦ ਤੱਕ ਭ੍ਰਿਸ਼ਟਾਚਾਰ ਦੇ ਉੱਤੇ ਇਹ ਨਹੀਂ ਹੁੰਦਾ ਵੀ ਡਾਕਟਰ ਗੈਰਹਾਜ਼ਰ ਨਹੀਂ ਰਹਿਣਾ ਚਾਹੀਦਾ ਕੱਲ ਤਾਂ ਹੀ ਨਹੀਂ ਹੈ ਨਾ ਤੁਸੀਂ ਜਿਹਨੇ ਬੰਦੇ ਨੇ ਪੈਸੇ ਦਿੱਤੇ ਉਹਨੂੰ ਤੁਸੀਂ ਸਸਪੈਂਡ ਕਰ ਦੋਗੇ ਜੂਜਾ ਕਹਿ ਦੇਣ ਲੱਗ ਜੂ ਸਵਾਲ ਇਹ ਵੀ ਲੋਕਾਂ ਨੂੰ ਹਾਜ਼ਰ ਤਾਂ ਨਾ ਮੇਰੇ ਬੰਦਾ ਭ੍ਰਿਸ਼ਟਾਚਾਰ ਦੂਰ ਕਰਨ ਦਾ ਸਭ ਤੋਂ ਵੱਡਾ ਤਰੀਕਾ ਇਹ ਹੈ ਵੀ ਜੇ ਕਿਸੇ ਦਾ ਕੰਮ ਰੁਕਿਆ ਉਹਦੀ ਸਜ਼ਾ ਦਿਓ ਇਹ ਕੀ ਕਰਦੇ ਨੇ ਕੰਮ ਕਰਦੇ ਹੋਏ ਜੇ ਕੋਈ ਗਲਤੀ ਹੋ ਜੇ ਉਹਦੀ ਸਜ਼ਾ ਦਿੰਦੇ ਨੇ ਗਲਤੀਆਂ ਤਾਂ ਕੋਈ ਵੀ ਜਿਹੜਾ ਕੰਮ ਕਰੂ ਉਹ ਤੋਂ ਗਲਤੀਆਂ ਹੋਣਗੀਆਂ ਜਿਹੜਾ ਕੰਮ ਠੀਕ ਕਰੂਗਾ ਉਹਦੇ ਨਾਲ ਜਿਹੜੇ ਪੁੱਠਾ ਕੰਮ ਕਰਾਉਣ ਵਾਲੇ ਨੇ ਪੈਸੇ ਦੇ ਕੇ ਉਹਨੂੰ ਰੋਪ ਵੀ ਪਾਉਣਗੇ ਉਹ ਆ ਕੇ ਇਹ ਵੀ ਇਹ ਵੀ ਸ਼ਿਕਾਇਤ ਕਰਨਗੇ ਉਹਨਾਂ ਕੋਲ ਪੈਸੇ ਵੀ ਹੁੰਦੇ ਨੇ ਚਾਰ ਵਕੀਲ ਵੀ ਖੜੇ ਕਰ ਲਾਂਗੇ ਕਿ ਜੀ ਇਹ ਤਾਂ ਮੈਨੂੰ ਪੁੱਠਾ ਬੋੜਿਆ ਇਹ ਤਾਂ ਮੇਰੇ ਤੋਂ ਪੈਸੇ ਮੰਗਦਾ ਸੀ ਸੋ ਇਸ ਕਰਕੇ ਜਦ ਤੁਸੀਂ ਇਹ ਦਿਖਾ ਦਿਨਾ ਵੀ ਫਿਰ ਦੇ ਕੋਲ ਪੱਕਾ ਹੈ ਜਿਹੜਾ ਇਮਾਨਦਾਰ ਹੈ ਉਹਨੂੰ ਕੋਈ ਕੁਝ ਕਹਿ ਨਹੀਂ ਸਕੇਗਾ ਪਰ ਇਮਾਨਦਾਰ ਜਦ ਕੰਮ ਕਰਦਾ ਬੰਦਾ ਉਹਦੇ ਕਾਗਜ਼ਾਂ ਚੋਂ ਆਪ ਹੀ ਲੱਭ ਜਾਂਦਾ ਕਿ ਹਾਂ ਇਹ ਇਮਾਨਦਾਰ ਹੈ ਕਰਨ ਲਈ ਕੋਈ ਜਿੰਨੇ ਝੂਠੀ ਸ਼ਿਕਾਇਤ ਕਰਨੀ ਹੈ আর ਮੈਂ ਤੁਹਾਡੇ ਸਾਹਮਣੇ ਬੈਠਾ ਮੇਰੀਆਂ ਪਤਾ ਨਹੀਂ ਕਿੰਨੀਆਂ ਝੂਠੀਆਂ ਸ਼ਿਕਾਇਤਾਂ ਕਰਦੀ ਸੀ ਕੋਈ ਹਿਸਾਬ ਹੀ ਨਹੀਂ ਹੈ ਕਰੀ ਜਾਣ ਫਿਰ ਇਹ ਨਹੀਂ ਕਹਿਣਾ ਕਿ ਇਹਨੇ ਕਰੀ ਕਿਉਂ ਸ਼ਿਕਾਇਤ ਕਰੀ ਜਾਵੇ ਅਸੀਂ ਉਹਦਾ ਜਵਾਬ ਦੇ ਦਾਂਗੇ ਮੰਤਰੀ ਨਾਲ ਰੜੇ ਹੁੰਦੇ ਸੀ ਭਾਜਪਾ ਦੇ ਮੰਤਰੀ ਹੁੰਦੇ ਸਾਡੇ ਮੰਤਰੀ ਜਿਹੜਾ ਵੀ ਮੰਤਰੀ ਆਇਆ ਉਹ ਨਾਲ ਰੜਿਆ ਹੁੰਦਾ ਸੀ ਭਾਜਪਾ ਦਾ ਮੇਰੇ ਖਿਲਾਫ ਸ਼ਿਕਾਇਤਾਂ ਚ ਆਪ ਕਹਿ ਕੇ ਕਰਵਾ ਦਿੰਦਾ ਸੀ ਪਰ ਜੇ ਤੁਸੀਂ ਫੈਸਲਾ ਇਹ ਕਰਤਾ ਵੀ ਦੇਖੋ ਕੰਮ ਇਮਾਨਦਾਰੀ ਨਾਲ ਬਣਾਇਆ। ਅਰੇ ਮੇਰੇ ਉਹੀ ਬਾਬੂ ਉਹੀ ਸੁਪਰਡੈਂਟ ਉਹੀ ਬ੍ਰਾਂਚ ਅਫਸਰ ਮੈਂ ਤਾਂ ਦੇਖਿਆ ਨਹੀਂ ਮੁੜ ਕੇ ਭ੍ਰਸਤਾਚਾਰ ਕਰਦੇ ਹੁਣ। ਕੋਈ ਮੈਂ ਉਹਨਾਂ ਦੇ ਪਿੱਛੇ ਡੰਡਾ ਲੈ ਕੇ ਥੋੜਾ ਪੈਂਦਾ ਸੀ। ਸਵਾਲ ਇਹ ਹੈ ਪਹਿਨਾ ਆਪ ਇਮਾਨਦਾਰ ਹੋਵੋ ਦੂਜਾ ਥੱਲੇ ਤੱਕ ਸਨੇਹਾ ਦੇ ਦਿਓ ਵੀ ਇਹ ਕੰਮ ਹੋਣਾ ਚਾਹੀਦਾ। ਜਿੱਦ ਤੇ ਤੁਸੀਂ ਕੰਮ ਚੇਜ ਕਰਤਾ ਝੂਠਾ ਆਬਜੈਕਸ਼ਨ ਨਾਲੋਂ ਦੂਰ ਕਰਤਾ ਉਹਦੇ ਭ੍ਰਸਤਾਚਾਰ ਖਤਮ ਹੋ ਗਿਆ। ਤੁਸੀਂ ਜਾਣੇ ਹੋ ਤਸੀਦੇ ਤੁਹਾਡੀ ਰਜਿਸਟਰੀ ਹੋ ਗਈ ਰੇਟ ਲੈ ਕੇ ਮਾਰ ਲੈ ਆਇਆ ਹਾਂ ਵੀ ਆਪ ਆਇਆ ਇਸ ਏਰੀਏ ਦੇ ਆ ਡੀਜੀ ਰੇਟ ਨੇ ਇੰਨਾ ਇਤੇ ਸਟਾਰਟ ਲੱਗਣਾ ਹੈ ਹੂੰ ਤੇ ਹੋ ਗਈ ਫੇਰ ਤੁਹਾਨੂੰ ਅਰਜੀ ਨਵੀਸ ਦੇ ਰਾਹੀਂ ਪੈਸੇ ਦੇਣ ਦੀ ਲੋੜ ਹੀ ਨਹੀਂ ਐ ਸੌਦੇ ਦੀ ਲੋੜ ਹੀ ਨਹੀਂ ਐ ਜੇ ਤੁਹਾਡੀ ਰਜਿਸਟਰੀ ਹੁੰਦੀ ਨਹੀਂ ਤੇ ਕਹਿੰਦੇ ਯਾਰ ਅੱਜ ਹੋ ਜੇ ਬੰਦਾ ਬਾਹਰੋਂ ਆਇਆ ਕੱਲ ਨੂੰ ਫੇਰ ਆਉਣਾ ਪਊਗਾ ਆਹ ਹੁਣੇ ਤੁਸੀਂ ਫੋਨ ਤੇ ਗੱਲ ਕਰ ਰਹੀ ਸੀ ਮੈਂ ਸੁਣ ਰਿਹਾ ਸੀ ਵੀ ਸ਼ਾਮ ਨੂੰ ਆ ਜਾਣਾ ਜੇ ਬੰਦੇ ਨੂੰ ਜਾ ਕੇ ਆਈ ਹੋਵੇ ਵੀ ਯਾਰ ਪਤਾ ਨਹੀਂ ਕੱਲ ਨੂੰ ਆਣਾ ਹੈ ਕਦ ਆਣਾ ਹੈ ਕਿ ਕੀ ਹੋ ਅਨਸਰਟੇਨਟੀ ਸੋ ਤੁਸੀਂ ਉੱਥੇ ਪੱਕਾ ਕਰ ਦੋ ਤੁਸੀਂ ਪਹਿਲਾਂ ਹੀ ਡੇਟ ਦੇ ਦੋ ਵੀ ਇੰਨਾ ਵਜੇ ਇੰਨੇ ਟਾਈਮ ਉਹਦੇ ਚੋਂ 2-4 ਦਿਨ ਹੋ ਸਕਦੇ ਨੇ ਜ਼ਿਆਦਾ ਤਾਂ ਨਹੀਂ ਨਾ ਹੋਣਗੇ 9 ਵਾਈਜ਼ ਕਰੀ ਜਾਓ ਰੇਟ ਲਿਖ ਕੇ ਲਾਏ ਹੋਏ ਨੇ ਫਿਰ ਰਿਸ਼ਵਤ ਦਾ ਕੋਈ ਮਤਲਬ ਹੀ ਨਾ ਰਿਹਾ ਸੋ ਜਦ ਤੁਸੀਂ ਥਾਣੇ ਚ ਜਾ ਫਾਇਰ ਵੀ ਜੀਨੇ ਹਾਲ ਕੀ ਦਿੱਤੀ ਉਹਦੀ ਡੀਡੀਆਰ ਤੱਕ ੱਤੀ ਜਾਣੀ ਹੈ ਜਿਹਨੂੰ ਰੋਜ਼ਨਾਮਾ ਚ ਕਹਿੰਦੇ ਨੇ ਰੋਜ਼ਨਾਮਾ ਚ ਚੌਦੀ ਸ਼ਿਕਾਇਤ ਦਰਜ ਹੋਣੀ ਹੋਣੀ ਹੈ ਐਫ ਆਈ ਆਰ ਚ ਕਨਵਰਟ ਹੁੰਦੀ ਹੈ ਨਹੀਂ ਹੁੰਦੀ ਬਾਅਦ ਦੀ ਗੱਲ ਹੈ ਘਟਕਟੇ ਇਹ ਤਾਂ ਲੈ ਰਹੇ ਨਾ ਵੀ ਹਾਂ ਇੱਥੇ ਸ਼ਿਕਾਇਤ ਆਈ ਹੈ ਕਿਆ ਝੂਠੀ ਹੋਵੇ ਉਹ ਦੇਖ ਦੇਗੀ ਪੁਲਸਬੀਏ ਤਾਂ ਝੂਠੀ ਸੀ ਚਾਹੇ ਉਹਦੇ ਤੇ ਮੁੜ ਕੇ ਕਈ ਸਮਝਾ ਦੇ ਵੀ ਤੂੰ ਝੂਠੀ ਸ਼ਿਕਾਇਤ ਕਰੀ ਆ ਜਾਵੇ ਬਾਦਲ ਨੂੰ ਹੁਣ ਜਿਹੜਾ ਇੱਧੇ ਹਸਪਤਾਲ ਚ ਮਰੀ ਜਾਂਦਾ ਉਹਨੂੰ ਵੀ ਕੱਲ ਨੂੰ ਆਂਜੀ ਇਹ ਕੋਈ ਮਤਲਬ ਨਹੀਂ ਉਹਨੂੰ ਸਾਹਮਣੇ ਕਰਕੇ ਤੇ ਜੋ ਅੱਜ ਪੀਜੀ ਆਈ ਚ ਜ਼ਰੂਰ ਆ ਵੀ ਜਿੰਨੇ ਪੇਸ਼ੈਂਟ ਫੇਰ ਤੁਸੀਂ ਜਿਹਨੀਆਂ ਤਨਖਾਹਾਂ ਦੇ ਵਿੱਚ ਤਰਕ ਸੰਗਤ ਕਰਨੀ ਪਊਗੀ ਇੱਕ ਬੰਦਾ ਜਿਵੇਂ ਹੀ ਬੇਟਾ ਰਹਿੰਦਾ ਕੋਈ ਕੰਮ ਨਹੀਂ ਕਿ ਮੈਂ ਇੱਕ ਮੈਨੂੰ ਉਹਦੇ ਤਨਖਾਹਾਂ ਦੁੱਗਣੀਆਂ ਜਿੱਥੇ ਸਾਰਾ ਉਹ ਨਟਾ ਪਿੰਗ ਹੁੰਦਾ ਉਹਨੂੰ ਘੱਟ ਇੱਦਾਂ ਵਿਦਿਨ ਦੀ ਮਹਿਕਮਾ ਲਾੜੋ ਵੀ ਤੁਸੀਂ ਇੱਕ ਨੂੰ 5000 ਚੋਂ ਮੁੰਜੂ ਕੁੱਟੀ ਜਾਨੋ ਦੂਜੇ ਨੂੰ ਲੱਖ ਰੁਪਈਆ ਦਿੰਨੇ ਉਹ ਲੱਖ ਵਾਲਾ ਕੰਮ ਹੀ ਨਹੀਂ ਕਰਦਾ 5000 ਰੁਪਈਆ ਨੂੰ ਕੁੱਟੀ ਜਾਨੋ ਰੋਜੀ ਤਨਖਾਹ ਲੱਖ ਵਾਲੇ ਦੀ ਵਧਾਈ ਜਾਨੋ ਸੋ ਤੁਹਾਨੂੰ ਜਿਹੜਾ ਮੋਟਾ-ਮੋਟਾ ਇਨਸਾਫ ਹੈ ਜਿਹਨੂੰ ਪਕਾਣਾ ਬ੍ਰੀਕਿਚ ਨਹੀਂ ਤੁਸੀਂ ਕਰ ਸਕਦੇ ਵੀ ਆਹ ਬੰਦੇ ਦੇ ਇਹਦੀ ਚੁਆਨੀ ਘਟ ਗਈ ਹੈ ਦੇ 10 ਰੁਪਏ ਘਟ ਕੇ ਦੇ ਦੀ ਐ ਨਹੀਂ ਤੁਸੀਂ ਕਰ ਸਕਦੇ ਤੁਸੀਂ ਮੋਟਾ ਇਨਸਾਫ ਕਰਨਾ ਹੁੰਦਾ ਹੈ ਉਹ ਮੋਟਾ ਇਨਸਾਫ ਨਹੀਂ ਕਰਦੇ ਜੇ ਤੁਸੀਂ ਮੋਟਾ-ਮੋਟਾ ਇਨਸਾਫ ਤਨਖਾਹਾਂ ਦਾ ਤਰਸ ਸੰਤ ਨਾਲ ਤੁਸੀਂ ਕਹੋ ਵੀ ਕੁਝ ਨਹੀਂ ਸੁਣਾਗੇ ਤੁਹਾਨੂੰ ਜਿੰਨਿਆਂ ਨੂੰ ਉਤਰਾਜਾ ਦੁਵਾਰਾ ਕਮਿਸ਼ਨ ਬਣਾਵਾਂਗੇ ਪੇ ਕਮਿਸ਼ਨ ਦੇ ਰਾਹੀਂ ਐਮਐਲ ਦੀ ਵੀ ਪੇ ਵੀ ਕਿਸ ਕੋਈ ਵੀ ਪੇ ਪੰਜਾਬ ਚ ਦਿੱਤੀ ਜਾਣੀ ਹੈ ਜਾਂ ਪੈਨਸ਼ਨ ਦਿੱਤੀ ਜਾਣੀ ਹੈ ਉਹ ਕਮਿਸ਼ਨ ਦੇ ਰਾਹੀਂ ਹੋਊਗਾ ਪੈਸਾ ਕਮਿਸ਼ਨ ਸਾਰਿਆਂ ਨੂੰ ਸੁਨੇਗਾ ਉਹਦੇ ਮੰਡੈਟਰੀ ਹੋਵੇ ਵੀ ਸਭ ਨੂੰ ਸੁਨੇਗਾ ਹਰ ਗੱਲ ਤੇ ਨੌਜਿਕ ਰਾਜ ਕੀ ਕਮਿਸ਼ਨ ਨੇ ਕੀ ਉਹ ਹੀ ਜੋੜਕ ਟੋ ਕਰਤਾ ਉਹ ਰਿਪੋਰਟ ਕੀ ਇਹ ਹੀ ਲਿਆ ਜਿਹੜੀ ਉਹ ਤੋਂ ਪਹਿਲਾਂ ਨਾ ਵੀ ਕਹਿਰ ਕਾਫਰੀ ਕਰਦੀ ਉਹ ਫਿਰ ਕਮਿਸ਼ਨ ਦਾ ਕੀ ਫਾਇਦਾ ਸੋ ਤੁਹਾਨੂੰ ਹਰ ਗੱਲ ਵਿਚਾਰ ਕਰਕੇ ਜੇ ਤੁਸੀਂ ਕਮਿਸ਼ਨ ਦਾ ਤਾਂ ਵਿਚਾਰ ਕਰ ਲੇ ਸਾਰਿਆਂ ਤੇ ਨਾ ਸੁਣੀ ਜਾਵੇ ਸੁਣਨ ਤੋਂ ਬਾਅਦ ਪੂਰਾ ਡਾਟਾ ਪਹਿਲਾਂ ਰਿਪੋਰਟਾਂ ਪਈਆਂ ਨੇ ਮੇਰੇ ਕੋਲ ਮੇਰੇ ਕੋਲ 1968 ਦੇ ਕਮਿਸ਼ਨ ਦੀ ਪਈ ਆ 78 ਦੀ ਪਈ ਆ 86 ਦੀ ਪਈ ਆ 96 ਵਾਲੇ ਕਮਿਸ਼ਨ ਦੀ ਪਈ ਆ ਮੇਰੇ ਕੋਲ ਸਾਰੀਆਂ ਰਿਪੋਰਟਾਂ ਨੇ 2006 ਆਲੀ ਪਈ ਆ ਹਰੇਕ ਰਿਪੋਰਟ ਦੇ ਵਿੱਚ ਕੋਈ ਨਾ ਕੋਈ ਐਨ ਉਹਨਾਂ ਨੇ ਐ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕਰੀਆ ਪਰ ਹਰੇਕ ਰਿਪੋਰਟ ਪਹਿਲੀ ਨੋ ਮਾੜੀ ਹੁੰਦੀ ਹੈ ਸਭ ਤੋਂ ਬੈਸਟ ਰਿਪੋਰਟ 68 ਆ ਰਹੀ ਹੈ ਜਿਹਨੇ ਕਦੇ ਕਲੀਨਕਲ ਸਟੱਡੀ ਕਰੀ ਹੈ ਅਰ ਉਹਦੇ ਕੋਲ ਸਭ ਤੋਂ ਵੱਡਾ ਕੰਮ ਸੀ ਕਿਉਂਕਿ ਉਹ ਕੱਟੋਰੀਆਂ ਬਹੁਤ ਸੀਆਂ ਕਦੇ ਕਦੇ ਵੀ ਸੁਣਨਾ ਸੋ ਜਿਆਦਾ ਤੁਸੀਂ ਕੰਮ ਨੂੰ ਜਿਹੜੇ ਕਰਨਾ ਹੈ ਉਹਦੀ ਥਾਂ ਤੇ ਦੂਜਾ ਕਰਨ ਲੱਗਦੇ ਜਿਹੜਾ ਤੁਸੀਂ ਛੱਡਦੇ ਕਿਦਾਂ ਇੰਝ ਕਿਹਾ ਨਾ ਡਾਕਟਰਾਂ ਨੇ ਆਪਰੇਸ਼ਨ ਕਰਨੇ ਨੇ ਤੁਸੀਂ ਹਸਤਾਚੇ ਛਾਪੇ ਮਾਰ ਕੇ ਤਾਂ ਉਹਨੂੰ ਹੱਲ ਨਹੀਂ ਕਰ ਸਕਦੇ ਕੱਲ ਵੀ ਮਾਲ ਵੀ ਲਓ ਸਕੂਲ 'ਚ ਪੜਾਉਣਾ ਹੈ ਹਾਜ਼ਰ ਰੱਖਣਾ ਹੈ ਹਾਜ਼ਰ ਰੱਖਣ ਦਾ ਤੁਸੀਂ ਮੈਂ ਉਹਨੂੰ ਛਾਪੇ ਨਹੀਂ ਕਹਿੰਦਾ ਜਾਂਦੇ ਨੇ ਜੇ ਵਿਜ਼ਿਟ ਕਰ ਦੇਣ ਤਾਂ ਡਰਤਾ ਰਹਿੰਦਾ ਹੀ ਹੈ ਉਹਨਾਂ ਨੂੰ ਪਤਾ ਹੋਊਗਾ ਯਾਰ ਐਮਐਲਏ ਆ ਜਾਊਗਾ ਸਰਪੰਚ ਜਾਂ ਕੋਈ ਬਿਲਾਕ ਸੰਮਤੀ ਦਾ ਚੇਅਰਮੈਨ ਅੱਜ ਪਰਸਨ ਆ ਜਾਊਗਾ ਅਸੀਂ ਗੈਰ ਹਾਜ਼ਰ ਨਾ ਰਹੀਏ ਐਡੀ ਗੱਲ ਤਾਂ ਹਾਜ਼ਰ ਰੱਖਣਾ ਨਾ ਸੰਦੇਸ਼ ਇਹ ਦੇਣਾ ਬੰਦਾ ਹੈ ਵੀ ਜਿਹੜਾ ਗੈਰ ਹਾਜ਼ਰ ਫੜੇਗਾ ਅਸੀਂ ਉਹਨੂੰ ਸਜ਼ਾ ਦੇਵਾਂਗੇ ਕਿਉਂਕਿ ਗੈਰ ਹਾਜ਼ਰੀ ਦੇ ਬਹਾਨੇ ਲਾਉਂਦੇ ਨੇ ਮੈਂ ਆਪ ਦੇਖੇ ਨੇ ਅਰਜੀ ਦਿਸ ਜਾਣਗੇ ਝੂਠੀ ਅਰਜੀ ਲੈ ਕੇ ਬਾਸ ਰੱਖੀ ਰੱਖਦਾ ਵੀ ਜੇ ਕੋ ਆ ਗਿਆ ਫਿਰ ਕਹਾਂਗੇ ਅਰਜੀ ਹੈ ਨਹੀਂ ਉਹਦੀ ਫਰ ਲੋ ਰੋਜ਼ ਫਰ ਲੋ ਨਾਲ ਮਿਲ ਕੇ ਹੁੰਦੀ ਚੋਰ ਤੇ ਚੌਕੀ ਦਾ ਰਲੇ ਹੁੰਦੇ ਨੇ ਤੁਹਾਨੂੰ ਇਹ ਕਹਿਣਾ ਪੈਂਦਾ ਵੀ ਨਾ ਭਾਈ ਇਹ ਤਾਂ ਐ ਹੋਊਗਾ ਉਹਨੇ ਕੋ ਸੁਵਾਰਛਾਂ ਮਿਆਂ ਨਾ ਜਿਹੜਾ ਹਾਜ਼ਰ ਫੜਲੇ ਕਹਿੰਦੇ ਨੇ ਚੋਰੀ ਕਹਿੰਦਾ ਫਿਰ ਕੀ ਤੁਸੀਂ ਟੋਪ ਚਲਾ ਦੋਗੇ ਮੈਂ ਕਹਿੰਦਾ ਜੇ ਟੋਪ ਨਹੀਂ ਚਲਾਉਂਦੇ ਫਿਰ ਤੁਸੀਂ ਆ ਕੇ ਜਾਨੇ ਸੋ ਕਹਿਣਾ ਮੇਰਾ ਮਤਲਬ ਇਹ ਹੈ ਵੀ ਇਹ ਸਾਰੇ ਰਲੇ ਹੋਏ ਨੇ ਇਹਨਾਂ ਨੂੰ ਇੱਕ ਸੰਦੇਸ਼ ਦੇਣਾ ਹੈ ਸੀਐਮ ਨੂੰ ਆਪੇ ਔਰ ਸੀਐਮ ਨੇ ਠੀਕ ਹੈ सीएम ਨੇ ਕਿਹਾ ਵੀ ਤੁਸੀਂ ਹੰਕਾਰ ਚ ਨਾ ਆਓ ਕਿਸੇ ਨੂੰ ਆਪਾਂ ਤੰਗ ਨਹੀਂ ਕਰਨਾ ਪਰ ਕੰਮ ਕਰਨਾ ਆਪਾਂ ਨੇ ਠੀਕ ਹੈ ਇਹੀ ਤਰੀਕਾ ਹਾਂਜੀ ਜੀ ਬਿਲਕੁਲ ਡਾਕਟਰ ਕੁਕਰ ਰਿਸ਼ਵਤ ਦਾ ਸਵਾਲ ਹੈ ਪੁਲਿਸ ਤੰਤਰ ਪ੍ਰਤੀ ਵੀ ਲੋਕਾਂ ਦੇ ਬੜੇ ਇਤਰਾਜ਼ ਹੁੰਦੇ ਨੇ ਕਿ ਜੀ ਇਹ ਰਿਸ਼ਵਤ ਮੰਗਦੇ ਨੇ ਪਰ ਇੱਕ ਪੱਖ ਇਹ ਵੀ ਹੈ ਕਿ ਕਈ ਲੋਕ ਆਪਣੇ ਪੱਲਿਓ ਦੇ ਕੇ ਮਤਲਬ ਕਿ ਪੁਲਿਸ ਨੂੰ ਧੱਕੇ ਨਾਲ ਵੀ ਦੇ ਦਿੰਦੇ ਨੇ ਕਿ ਆ ਫੜੋ ਇਹ ਕੰਮ ਹੋਣਾ ਚਾਹੀਦਾ ਜਿੰਨੇ ਚਾਹੀਦੇ ਤੁਹਾਨੂੰ ਚਾਹੇ ਲੋਕਾਂ ਨੇ ਆਪ ਵੀ ਤ ਉਹ ਹਰਤ ਪਾਈ ਹੋਈ ਹੈ ਤੇ ਕੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਨੰਬਰ ਜਾਰੀ ਕਰਨਾ ਆ ਉਹਦੇ ਨਾਲ ਇਹਨਾਂ ਸਮੱਸਿਆਵਾਂ ਦਾ ਜਿੰਨਾ ਵੀ ਭ੍ਰਿਸ਼ਟਾਚਾਰ ਤੰਤਰ ਹੈ ਕਿਉਂਕਿ ਉਹਦੇ ਤੇ ਵੀ ਬੜੇ ਸਵਾਲੀਆ ਚਿੰਨ੍ਹ ਉੱਠਣਗੇ ਇਸੇ ਤਰ੍ਹਾਂ ਦਾ ਕਹਿੰਦੇ ਸੁਖਵੀਰ ਬਾਦਲ ਉਹਨਾਂ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜਾ ਸਰਕਾਰ ਹੁੰਦੀ ਸੀ ਉਦੋਂ ਸੁਖਵੀਰ ਬਾਦਲ ਉਹਨਾਂ ਨੇ ਵੀ ਇੱਕ ਈਮੇਲ ਜਾਰੀ ਕੀਤੀ ਸੀ ਕਿ ਇਹਦੇ ਤੇ ਭੇਜ ਦਿਆ ਕਰੋ ਕੰਪਲੇਂਟ ਸਿੱਧੀ ਮੇਰੇ ਕੋਲ ਆਊਗੀ ਦੇਖੋ ਕੰਪਲੇਂਟਸ ਦਾ ਕੀ ਹਾਲ ਹੈ ਹੁਣ ਵੀ ਹੈਗਾ ਸੀਐਮ ਦਫਤਰ ਦੇ ਵਿੱਚ ਤੁਸੀਂ ਕੰਪਲੇਂਟ ਕਰੋ ਤੁਹਾਡੀ ਕੰਪਲੇਂਟ ਉੱਥੇ ਜਾਂਦੀ ਹੈ ਉਹਦਾ ਰਿਸਪੌਂਸ ਆ ਰਿਹਾ ਹੈ ਉਹ ਰਿਸਪੌਂਸ ਕੀ ਹੁੰਦਾ ਹੈ ਤੁਸੀਂ ਸ਼ਿਕਾਇਤ ਕਰਤੀ ਵੀ ਫਲਾਣਾ ਤਸੀਹਦਾਰ ਪੈਸੇ ਮੰਗਦਾ ਹੈ ਓਡੀਸ ਨੂੰ ਭੇਜ ਦੇਣਗੇ ਦੇਖ ਲੈ ਹਾਲਾਂਕਿ ਕਰਨ ਤਾਂ ਹੀ ਚਾਹੀਦਾ ਕਿਉਂਕਿ ਸਾਰਾ ਤਾਂ ਸੀਐਮ ਆਪੇ ਨਹੀਂ ਦੇਖਦਾ ਪਰ ਉਹਦੇ ਤੇ ਐਕਸ਼ਨ ਹੁਣ ਆਗੋ ਜ਼ਰੂਰੀ ਹੈ ਉਹ ਤੋਂ ਬਦਰ ਨਹੀਂ ਕਰਦੇ ਬੰਦਨ ਰੱਖ ਦਿੰਦੇ ਵਿੱਚ ਉਹਨਾਂ ਨੂੰ ਕੰਟੈਕਟ ਕਰ ਫਿਰ ਉਹਨੇ ਉੱਤੇ ਸ਼ਿਕਾਇਤ ਕਾਹਲੀ ਕਰੀ ਹੈ ਉਹ ਜਵਾਬ ਨਹੀਂ ਦਿੰਦਾ ਵਿਭਾਗ ਮੁਰਕੇ ਇਹ ਪਹਿਨੇ ਹੀ ਹੈਗਾ ਮੈਂ ਕਿਉਂਕਿ ਕਰਦਾ ਮੈਨੂੰ ਤਾਂ ਪਤਾ ਮੇਰੇ ਕੋਲ ਆਉਂਦੀਆਂ ਨੇ ਪ੍ਰਾਈਮ ਮਿਨਿਸਟਰ ਜਵਾਬ ਤੋਂ ਉੱਥੋਂ ਵੀ ਆਉਂਦੀਆਂ ਨੇ ਤੁਸੀਂ ਦੇਖ ਲਓ ਤੁਹਾਨੂੰ ਜਵਾਬ ਆ ਜਾਏਗਾ ਹਾਂ ਵੀ ਤੁਹਾਡੀ ਕੰਪਲੇਂਟ ਆ ਗਈ ਸੀ ਪਰ ਕਰਨਾ ਨਹੀਂ ਹੈ ਨਾ ਕੁਝ ਸਵਾਲ ਆਇਆ ਵੀ ਕੰਮ ਕਰਨ ਦੀ ਗੱਲ ਹੈ ਜਿਹੜਾ ਸਵਾਲ ਜਿਹਦੀ ਸ਼ਿਕਾਇਤ ਆ ਗਈ ਉਹਦੇ ਇਦਾਂ ਦਾ ਤੰਤਰ ਵੀ ਇਮੀਡੀਏਟਲੀ ਤੇ ਜਵਾਬ ਦੇ ਕੇ ਇਹਦਾ ਨਿਪਟਾਰਾ ਕਰਨਾ ਹੈ ਨਿਪਟਾਰਾ ਤਾਂ ਹੋਣਾ ਨਹੀਂ ਫਿਰ ਠੀਕਾ ਪਈਆਂ ਰਣਗੀਆਂ ਫਿਰ ਹੋਰ ਆ ਜਾਣੀਆਂ ਫਿਰ ਹੋਰ ਆ ਜਾਣੀਆਂ ਫਿਰ ਹੋਰ ਆ ਜਾਣੀਆਂ ਇਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਜਿਹੜੇ ਬੰਦੇ ਗਲਤ ਕੰਮ ਕਰਾਉਣ ਵਾਲੇ ਪੈਸੇ ਦੇਣ ਵਾਸਤੇ ਆਉਂਦੇ ਨੇ ਆਹ ਜੇ ਤੁਸੀਂ ਉਤੋਂ ਜਿਆਦਾ ਤੁਸੀਂ ਆਪੇ ਮਾਨਦਾਰਨ ਜੋਤੋਂ ਸਕਤੀ ਹੈ ਫਿਰ ਉਹ ਪੈਸੇ ਦੇ ਨਾਲ ਆ ਗਲਤ ਕੰਮ ਨਹੀਂ ਕਿਉਂਕਿ ਪੈਸੇ ਤਾਂ ਗਲਤ ਕੰਮ ਮੈਡੀਕਲ ਲੀਗਲ ਡਾਕਟਰ ਕੋਲ ਨੇ ਜੀ ਮੈਡੀਕਲ ਲੀਗਲ ਦਾ ਕਰਦੇ ਝੂਠਾ ਕਰਦੇ ਸੈਂਪਲ ਭਰਨ ਦੇ ਜਿਹੜੇ ਆ ਹੁਣ ਤਾਂ ਇਹਨਾਂ ਨੇ ਬਖਰੇ ਲਾਤੇ ਆਈਏ ਸਬਸਰ ਦੇ ਅੰਡਰ ਨੇ ਉਹ ਉਹਨਾਂ ਨੂੰ ਪੈਸੇ ਜਾਂਦੇ ਨੇ ਦਵਾਈਆਂ ਦੇ ਉਹਨਾਂ ਨੂੰ ਪੈਸੇ ਜਾਂਦੇ ਨੇ ਸਭ ਨੂੰ ਥੱਦੇ ਤੋਂ ਹੀ ਕੋਈ ਐ ਨਹੀਂ ਵੀ ਇੱਕ ਮਹਿਕਮੇ ਜਾਂਦੇ ਨੇ ਸਾਰੇ ਮਹਿਕਮਾ ਚ ਐਨ ਰੈਕਟ ਬਨੇ ਹੋਏ ਨੇ ਡਾਇਰੈਕਟਰ ਹੈਲਥ ਸਰਵਿਸਸ ਦੇ ਦਫਤਰ ਦੇ ਵਿੱਚ ਇਹਨਾਂ ਨੇ ਇੱਕ ਨਵਾਂ ਰਿਸ਼ਵਤਾ ਤਰੀਕਾ ਖੋਲਤਾ ਮਲਾਜਮਾਂ ਨੇ ਮਿਲ ਕੇ ਨਾਲ ਕਿ ਜੇ ਸਾਨੂੰ ਪ੍ਰਾਈਵੇਟ ਹਸਪਤਾਲ ਚ ਦਾਜ ਅਲਾਉਂਡ ਹੋਵੇ ਹਾਲਾਂਕਿ ਇਹ ਨਹੀਂ ਅਜੇ ਤੱਕ ਆ ਕਿ ਜੇ ਗਰੀਬ ਆਦਮੀ ਦਾ ਇਲਾਜ ਹਸਪਤਾਲ ਸਰਕਾਰੀ ਜੀ ਹੋਣਾ ਹੈ ਉਹ ਪੈਸਾ ਤਾਂ ਮਲਾਜਮਾਂ ਚਲਾ ਗਿਆ ਪ੍ਰਾਈਵੇਟ ਚ ਦਾਜ ਕਰਾ ਕੇ ਉਹਦਾ ਬਿੱਲ ਜਿਆਦਾ ਹੁੰਦਾ ਫਿਰ ਉਹਦੇ ਤੇ ਡਾਇਰੈਕਟਰ ਕੋਲੇ ਪਾਵਰ ਆ ਕਿ ਇਹਦਾ ਮਨਜ਼ੂਰ ਕਿੰਨਾ ਕਰਨਾ ਜਿਹੜਾ ਪੈਸੇ ਦੇ ਦਿੰਦਾ ਉਹਦਾ ਪੂਰਾ ਦਾ ਪੂਰਾ ਚਾਰ ਦਿਨਾਂ ਚ ਮਨਜ਼ੂਰ ਹੋ ਜਾਂਦਾ ਜਾਂ ਐਵੇਂ 10% ਕੱਟ ਰਹਾਂਗੇ ਜਿਹੜਾ ਨਹੀਂ ਦਿੰਦਾ ਉਹਦਾ ਜਿਆਦਾ ਮੈਂ ਆ ਤੇਰੀ ਐਗਜ਼ਾਮਪਲ ਆ ਉਸੇ ਦੇ ਵਿੱਚ ਮੈਂ ਆਰਟੀਆ ਚ ਹੁਦਾ ਵੀ ਲੈ ਉਹੀ ਬਿਮਾਰੀ ਉਹੀ ਹਸਪਤਾਲ ਉਹੀ ਸਭ ਕੁਝ ਇੱਕ ਨੂੰ ਦੁੱਗਨੇ ਦਿੱਤੇ ਹੋਏ ਨੇ ਇੱਕ ਨੂੰ ਅੱਧੇ ਦਿੱਤੇ ਹੋਏ ਨੇ ਉਹ ਨਹੀਂ ਮਤਾਂ ਦੇ ਆਰਟੀਆ ਚ ਸਾਮਨੇ ਵੀ ਪੇਪਰ ਕੋਈ ਐਕਸ਼ਨ ਨਹੀਂ ਲਏਗਾ ਕਿਉਂਕਿ ਬਹਾਨੇ ਵਾਲੀ ਹੈ ਬਹਾਨੇ ਬਸ ਉਹ ਉੱਥੇ ਸ਼ਰਿਆਂ ਪੈਸਾ ਚੱਲਦਾ ਤੁਸੀਂ 10% ਕੱਟ ਦੇ ਦਿਓ ਜਿੰਨਾ ਤੁਹਾਡਾ ਜੀ 4 ਲੱਖ ਦਾ ਮਿਲਿਆ ਹੈ ਤੁਸੀਂ 20 25 40000 ਰੁਪਇਆ ਦੇਤਾ ਤੇ ਤੁਹਾਡਾ 4 ਲੱਖ ਚੋਂ 3 ਲੱਖ 90000 ਪਾਸ ਹੋ ਜੂ ਜੇ ਤੁਸੀਂ ਨਹੀਂ ਦਿੱਤਾ ਤਾਂ 1 ਲੱਖ 80000 ਇਹ ਮੈਂ ਇੱਕ ਵਾਰ ਹੀ ਨਹੀਂ ਦੇਖਿਆ ਮੈਂ ਇਸ ਗੱਲ ਦਾ ਭੁਗਤ ਭੁਗੀਆਂ ਨਾਲੇ ਆਸਾਂ ਬਿਲੀ ਕਰਤਾ ਕਿਉਂਕਿ ਮੈਂ ਤਾਂ ਕਿਸੇ ਨੂੰ ਕਹਿਣਾ ਨਹੀਂ ਮੇਰਾ ਬਿੱਲ ਪਾਸ ਕਰਿਓ ਮੈਂ ਕਹਿੰਦਾ ਕੋਈ ਨਹੀਂ ਕਰੀ ਜਾਂਦੋ ਜਿਹੜਾ ਕੁਝ ਕਰਦੇ ਨੇ ਬਹਾਨੇ ਜਿਹੜਾ ਹੀ ਜਾਣਗੇ ਕਿਉਂਕਿ ਜਦ ਪੈਸੇ ਚੋੜ ਤੇ ਕੁੱਤੀ ਰੜੇ ਹੋਏ ਨੇ ਜਿਵੇਂ ਕਹਿੰਦੇ ਨੇ ਉਦੋਂ ਤੁਸੀਂ ਕੀ ਕਰੋਗੇ ਕਿੱਥੇ ਜਾਓਗੇ ਉੱਥੇ ਤੁਹਾਨੂੰ ਇਹੀ ਸਰਾਮਤਾ ਮਿਲੂ ਨਹੀਂ ਜੀ ਤੁਹਾਨੂੰ ਪਤਾ ਨਹੀਂ ਜੀ ਤੁਹਾਨੂੰ ਸਮਝ ਨਹੀਂ ਜੀ ਤੁਸੀਂ ਕੰਮ ਚੇਚ ਕਰੋ ਬਿਨ ਪੈਨਿੰਗ ਕਿਉਂ ਪੈ ਰਹੇ ਹੋ ਤੁਸੀਂ ਕਿਉਂ ਨਹੀਂ ਪਾਸ ਕਰਦੇ ਕੀ ਮਤਲਬ ਆ ਗੇੜੇ ਰਮਾਉਂਦਾ ਤੁਹਾਨੂੰ ਮੈਂ ਤਾਂ ਦੱਸਦਾ ਇੱਕ ਛੋਟੀ ਜੀ ਜਿਵੇਂ ਤੁਸੀਂ ਰਿਸ਼ਵਤ ਦੀ ਗੱਲ ਕਰਦੇ ਹੋ ਨਾ ਖਤਮ ਕਿਵੇਂ ਹੁੰਦੀ ਹੈ ਛੋਟੀ ਜੀ ਉਦਾਹਰਨ ਇੱਕ ਕਿਸੇ ਸੁਪਰਡੈਂਟ ਇੰਜੀਨੀਅਰ ਦਾ ਬਿਲ ਕੋਈ 3.5 ਕੇ 4 ਰੁਪਏ ਦਾ ਅੱਖਾਂ ਦੀ ਦਵਾਈ ਖਰੀਦੀ ਹੋਈ ਸੀ ਉਹ ਆਪਣੇ ਪੀਣ ਨੂੰ ਭੇਜਿਆ ਕਰੇ ਵਿ ਜਾ ਪਤਾ ਕਰ ਤੇ ਉਹ ਦਵਾਈ ਲਿਖੀ ਹੋਈ ਸੀ ਜਿਹੜੀ ਅੱਖਾਂ ਦੇ ਸਿਹਤਾਰਨ ਕਿਸੇ ਹੋਰ ਦਵਾਈ ਦੇ ਨਾਲ ਜਿਹੜੀ ਹਸਪਤਾਲ ਚੋਂ ਮਿਲ ਗਈ ਉਹ ਅੱਖਾਂ ਦੀ ਦਵਾਈ ਕਿਤੇ ਮੈਡੀਕਲ ਸਪੈਸੇਜ ਨੇ ਲਿਖੀ ਹੋਈ ਸੀ ਅੱਖਾਂ ਦੇ ਡਾਕਟਰ ਨੇ ਇੰਨੀ ਕਿਹਾ ਜੀ ਅੱਖਾਂ ਦੇ ਡਾਕਟਰ ਉਹ ਇੱਕ ਦਿਨ ਮੇਰੇ ਕੋਲ ਆਇਆ ਪੀਣ ਕਹਿੰਦਾ ਜੀ ਮੈਂ 10 ਪੈਸੇ ਦਿਨਾ ਸਾਈਕਲ ਦੇ ਤੇ ਮੈਂ ਸਭ ਤੋਂ ਤਾਂ ਮੰਗ ਨਹੀਂ ਸਕਦਾ ਮੇਰੇ 8 ਜਿਹੜੇ ਲੱਗੇ 8 80 ਪੈਸੇ ਦਾ ਮੇਰੇ ਖਰਚ ਹੋਵੇ ਇਹ ਬੇੜੇ ਦਾ ਪੈਂਡਿੰਗ ਤੇ ਆ। ਮੈਂ ਮੰਗਵਾਇਆ ਬਿੱਲ। ਮੈਂ ਉਹਨੂੰ ਮੈਡੀਕਲ ਫੈਸਟਨ ਭੇਜਿਆ ਵੀ ਤੂੰ ਸਾਈਨ ਕਿਉਂ ਨਹੀਂ ਕਰਦਾ। ਉਹ ਬਾਹਨੇ ਜੇ ਲਾਉਣ ਲੱਗਿਆ। ਮੈਂ ਉਹਨੂੰ ਕਹਿੰਦਾ ਇਹ ਤਾਂ ਜੀ ਇੰਟਰਨ ਦੀ ਲਿਖਿਆ ਹੋਇਆ। ਮੈਂ ਕਿਹਾ ਫਿਰ ਇੰਟਰਨ ਨੇ ਤੇਰੇ ਹੁੰਦੇ ਵੀ ਕਿਹਾ ਨਾ ਕਿਉਂ ਲਿਖਿਆ? ਤੂੰ ਟ੍ਰੇਨਿੰਗ ਕਰਦੀ ਨੇ ਅਮਰ ਤੂੰ ਟ੍ਰੇਨਿੰਗ ਹੀ ਨਹੀਂ શીਖਦੇ ਰਿਹਾ। ਹਾਲਾਂਕਿ ਮੇਰਾ ਇਮੀਡੀਏਟ ਜੂਨੀਅਰ ਸੀ ਇਮੀਡੀਏਟ ਜੂਨੀਅਰ ਨੂੰ ਜਿਹੜਾ ਇੱਕ ਨੰਬਰ ਜੂਨੀਅਰ ਹਤਾ ਤਾ ਉਹਨੂੰ ਤੁਸੀਂ ਸਖਤੀ ਨਾਲ ਜ਼ਿਆਦਾ ਬੋਲਣਾ ਔਖਾ ਹੁੰਦਾ। ਜਿੱਦ ਤੁਸੀਂ ਚੁਟਚੋ ਦੇ ਹੋਣੇ ਇੰਚਾਰਜ ਹੋਣਾ ਤੇ ਉਹ ਜੀ ਮੈਂ ਤੁਹਾਡੇ ਕਹੇ ਤੋ ਕਰਦਾ ਮੈਂ ਮੇਰੇ ਕਹੇ ਤੋ ਨਹੀਂ ਕਰਨਾ ਮੈਂ ਬਿੱਲ ਫੜਿਆ ਮੇਰੇ ਕੋਲ ਤਾਂ ਪਾਵਰ ਸੀ ਮੈਂ ਸਾਈਨ ਕਰਿਆ ਉਹਨਾਂ ਤੱਕ 10000 ਕਾਕਾ ਲੈ ਜਾ ਉਹਨੂੰ ਸਮਝ ਆ ਗਈ ਤੇ ਕੰਮ ਖਰਾਬ ਹੋ ਗਿਆ ਫੇਰ ਨਹੀਂ ਸਰ ਮੈਂ ਨਾਲ ਦੀ ਨਾਲ ਰੂਲ ਬਣਾਤਾ ਵੀ ਜਿਹੜਾ ਬਿੱਲ ਕੋਈ ਦੇ ਕੇ ਜਾਏਗਾ ਬਾਬੂ ਕੋਲੇ ਬਾਬੂ ਉਹਨੂੰ ਡੇਟ ਦੇਵੇਗਾ 10 ਦਿਨਾਂ ਦੀ ਉਸ ਦਿਨਾਂ ਹੀ ਤੇਰਾ ਬਿੱਲ ਸਾਈਨ ਹੋਇਆ ਹੋਊਗਾ ਰੋਜ਼ ਰੂਡ ਬਣਾਤਾ ਵੀਕ ਡਾਕਟਰ ਹਫਤੇ ਚ ਇੱਕ ਦਿਨ ਬੈਠ ਕੇ ਆਪਦੇ ਬਿੱਲ ਸਾਈਨ ਕਰੇਗਾ ਹਸਪਤਾਲ ਦੇ ਟਾਈਮ ਤੋਂ ਬਾਅਦ ਜੀ ਹਸਪਤਾਲ 'ਚ ਥੋੜੇ ਵੀ ਮਰੀਜ਼ ਨਹੀਂ ਦੇਖਣਾ ਮੈਂ ਤਾਂ ਬਿੱਲ ਸਾਈਨ ਕਰ ਰਿਹਾ ਨਾ ਉਦੋਂ ਬਾਅਦ ਬੈਠ ਕੇ ਸਾਈਨ ਕਰੇਗਾ ਮੈਂ ਰੋਜ਼ ਹਸਪਤਾਲ ਦੇ ਟਾਈਮ ਤੋਂ ਬੈਠ ਕੇ ਕਿਉਂਕਿ ਇਸ ਸਮੇਂ ਦੇ ਸਾਈਨ ਹੋਣੇ ਜ਼ਰੂਰੀ ਨੇ ਮੈਂ ਰੋਜ਼ ਹਸਪਤਾਲ ਦੇ ਟਾਈਮ ਤੋਂ ਬਾਅਦ ਬੈਠ ਕੇ ਕਰਾਂਗਾ ਸਾਈਨ ਜਿੰਨੇ ਬਿੱਲ ਹੋਣਗੇ ਤਾਂ ਕਿ ਜਿਹਦੇ ਬੰਦਾ ਆਵੇ ਉਹਨੂੰ ਆਖਿ ਤੇਰਾ ਹੋ ਗਿਆ ਜਿੰਨਾ ਤੁਸੀਂ ਉਹਦਾ ਪਾਸ ਕਰਨਾ ਹੈ ਜਿੰਨਾ ਮਨਜ਼ੂਰ ਕਰਨਾ ਹੈ ਨਹੀਂ ਕਰਨਾ ਉਹ ਤੁਹਾਡਾ ਸਿਹਾਰ ਹੈ ਪਰ ਤੁਸੀਂ ਉਹਨੂੰ ਢੀਡੇ ਕਿਉਂ ਲਵਾਨੇ ਹੋ ਸੋ ਇਸ ਕਰਕੇ ਮੈਂ ਤੁਹਾਨੂੰ ਤਾਂ ਕਹਿਣਾ ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਤੁਹਾਨੂੰ ਚੱਕਰ ਕੀ ਪੈਂਦਾ ਆਬਜੈਕਸ਼ਨ ਤੇ ਆਬਜੈਕਸ਼ਨ ਆਬਜੈਕਸ਼ਨ ਤੇ ਆਬਜੈਕਸ਼ਨ ਆਬਜੈਕਸ਼ਨ ਤੇ ਆਬਜੈਕਸ਼ਨ ਗੀੜਾ ਆ ਲਿਖ ਦੋ ਆ ਲਿਖ ਦੋ ਮੈਂ ਤਾਂ ਆਪ ਭੁੱਜਿਆ ਹੋਇਆ ਹੈ ਬੰਦਾ ਜਾਂਦਾ ਯੂਨੀਵਰਸਿਟੀ ਚ ਉਹ ਕਹਿੰਦਾ ਜੀ ਆ ਨਾਮ ਗਲਤ ਹੋ ਗਿਆ ਉਹਨੂੰ ਇੰਨੇ ਢੀਡੇ ਲਵਾਉਂਦੇ ਨੇ ਵੀ ਤੂੰ ਜੀ ਸਬੂਤ ਦੇ ਉਹ ਭੜਿਓ ਮਾਨਸੋ ਤੁਹਾਡੇ ਕੋਲੇ ਸਰਟੀਫਿਕੇਟ ਪਏ ਨੇ ਬੰਦੇ ਦੇ ਜੇ ਉਹ ਸਰਟੀਫਿਕੇਟਾਂ ਚ ਨਾਮ ਠੀਕ ਲਿਖਿਆ ਹੋਇਆ ਜਿਹੜਾ ਉਹ ਚਾਹੁੰਦਾ ਹੈ ਤੇ ਤੁਸੀਂ ਉਹਦੀ ਉਹਦੀ ਡਿਗਰੀ ਵਾਪਸ ਲਾਓ ਤੇ ਨਵਾਂ ਜਾਰੀ ਕਰ ਦਿਓ ਸਰਟੀਫੀਕੇਟ ਉਹ ਤੇ ਤੁਹਾਡੇ ਕੋਲ ਡਾਕੂਮੈਂਟ ਹੈਗਾ ਤੁਸੀਂ ਆ ਦਿਓ ਜੀ ਫਲਾਣਾ ਦਿਓ ਜੀ ਆ ਦਿਓ ਜੀ ਉਹ ਦਿਓ ਜੀ ਇਹਦਾ ਕੀ ਮਤਲਬ ਮੈਂ ਤਾਂ ਕਹਿੰਦਾ ਹੁਣ ਅਰਜੀ ਵੀ ਲੋਣੀ ਤੁਸੀਂ ਅਰਜੀ ਫੜੋ ਉੱਤੇ ਦੇਖੋ ਵੀ ਇਹਨੇ ਮੇਰੇ ਪੇਸ਼ ਹੋਇਆ ਮੈਨੂੰ ਇਹਨੇ ਲਿਖਿਆ ਵੀ ਆ ਸਭ ਕੰਨ ਕਹਿੰਦੇ ਮੈਂ ਰਜਿਸਟਰ ਚੈੱਕ ਕਰ ਲਿਆ ਉਹਦੇ ਇਤਿਹਾਸ ਪੜਨ ਕਹਿੰਦੇ ਕੈਰੈਕਟਰ ਲੈਟਰਾਂ ਚ ਦੇ ਦਿਓ ਮੋਟੇ ਖਰਾਂ ਚ ਵੀ ਇਹ ਜੇ ਕਰਕੇ ਡਿਗਰੀ ਕੈਨਸਲ ਕਰਕੇ ਇਹਨਾਂ ਨੂੰ ਨਵੀਂ ਡਿਗਰੀ ਜਾਰੀ ਕਰਦੀ ਦਿੱਤੀ ਜਾਵੇ ਇਥੇ ਔਖਾ ਕੰਮ ਹੈ ਪਰ ਇਹ ਤਾਂ ਹੈ ਜੇ ਅਫਸਰ ਵੀ ਟਿੱਖਾ ਹੋਵੇ ਕੰਮ ਕਰਨ ਨੂੰ ਵੀ ਤਿਆਰ ਹੋਵੇ ਤੇ ਥੱਲੇ ਵਾਲਾ ਨੂੰ ਸੰਦੇਸ਼ ਹੋਵੇ ਵੀ ਇਹ ਪੁੱਠਾ ਕੰਮ ਨਹੀਂ ਚੱਲਣਾ ਇਹ ਮੇਰੇ ਕੋਲ ਡਾਕੂਮੈਂਟ ਪੈ ਰਹੇ ਜਦ ਮੈਂ ਇਹਨਾਂ ਸਾਰੇ ਕੰਮਾਂ 'ਚ ਮੈਂ ਨਹੀਂ ਵਿਰਾਰ ਹੋਇਆ ਚਾਹੇ ਥਾਣਿਆਂ ਦੀ ਗੱਲ ਲਾ ਲਓ ਚਾਹੇ ਅਦਾਲਤਾਂ ਦੀ ਗੱਲ ਲਾ ਲਓ ਜੁਡੀਸ਼ੀਅਨ ਅਦਾਲਤਾਂ ਦੇ ਵਿੱਚ ਇਹ ਕੁਝ ਹੋ ਰਿਹਾ ਬਿਆਨ ਬਦਲ ਜਾਂਦੇ ਨੇ ਜੀ ਮੈਂ ਜ਼ਿੰਮੇਵਾਰੀ ਨਾਲ ਕਿਸੇ ਨੂੰ ਚਾਰਾਂ ਮੇਰੇ ਕੋਲ ਡਾਕੂਮੈਂਟ ਨੇ ਮੈਂ ਹਾਈ ਕੋਰਟ ਤੱਕ ਸ਼ਿਕਾਇਤਾਂ ਵੀ ਕਰੀਆਂ ਨੇ ਤਾਂ ਮੈਂ ਕਹਿਣਾ ਵੀ ਤੁਸੀਂ ਜਿੱਥੇ ਜਾਓਗੇ ਹਰੇ ਤੁਹਾਨੂੰ ਪਤਾ ਨਹੀਂ ਜੀ ਥੋੜਾ ਆਏ ਆ ਜੀ ਫਲਾਣਾ ਜੀ ਫਿਰ ਉਹਨਾਂ ਦੇ ਯੂਨੀਅਨਾਂ ਨੇ ਉਹ ਯੂਨੀਅਨਾਂ ਰੋਲਾ ਪਾਣ ਗਿਆ ਪਰ ਨਹੀਂ ਜੇ ਤੁਸੀਂ ਕੱਢਿਓ ਫਿਰ ਤਾਂ ਫਿਰ ਉਹਨਾਂ ਦਾ ਮਾੜਾ ਮਟਾੜਾ ਹੱਥ ਆ ਜਾਂਦਾ ਜੇ ਤੁਸੀਂ ਥੱਕ ਕੇ ਵਹਿ ਜਾਂਦੇ ਹੋ ਪਰ ਜਿੱਦ ਜਿੱਦ ਤੁਸੀਂ ਅਫਸਰੋਂ ਯੂਨੀਅਨਾਂ ਤੋਂ ਤੁਹਾਡਾ ਕਿੰਨਾ ਕ ਵਿਗਾੜ ਲੈਣਗੇ ਮੰਤਰੀ ਵੀ ਉਲਟ ਹੁੰਦੇ ਨੇ ਕਈ ਵਾਰੀ ਸੋ ਇਸ ਕਰਕੇ ਇਹ ਡਿਟਰਮੀਨੇਸ਼ਨ ਦੀ ਸੁਖਵਿੰਦਰ ਜੀ ਗੱਲ ਹੈ ਕੋਈ ਮੈਂ ਥੋੜਾ ਵੀ ਹਰੇਕ ਬਾਬੂ ਦੀ ਕਲਮ ਮੈਂ ਚੜਾਉਣਾ ਜਾਂ ਮੈਂ ਉਹ ਦੀਲ ਫਾਈਲ ਮੈਂ ਹੀ ਕਰਦਾ ਨਾ ਮੈਂ ਸਾਰੇ ਮਿਲਿਆ ਥੋੜੂ ਦੇਖ ਲਾਂਗਾ ਮਲੀ ਜਖੇ ਜਾਂਗੇ ਹਸਪਤਾਲ ਮੈਂ ਸਾਰੇ ਟੈਸਟ ਆਪੇ ਥੋੜਾ ਕਰ ਲਾਂਗਾ ਮੈਨੂੰ ਤਾਂ ਟੈਸਟ ਕਰਨੇ ਵੀ ਨਹੀਂ ਆਉਂਦੇ ਹੁਣ ਉਹ ਤਾਂ ਰੋਟਰੀ ਵਾਲੇ ਨੂੰ ਆਉਂਦੇ ਨੇ ਪਰ ਇਹ ਤਾਂ ਮਾਰੇ ਥੋੜੇ ਵੀ ਰੋਟਰੀ ਟੈਸਟ ਨਹੀਂ ਆਉਂਣ ਮੈਨੂੰ ਤਾਂ ਡਰਾਈਵਿੰਗ ਨਹੀਂ ਆਉਂਦੀ ਇਹਨਾਂ ਮੈਂ ਥੋੜਾ ਵੀ ਡਰਾਈਵਰ ਗੱਡੀ ਰਸਤੇ 'ਚ ਖੜਾ ਦੂਗਾ ਜੀ ਇਹ ਤਾਂ ਗੱਡੀ ਤਾਂ ਚੱਲਦੀ ਨਹੀਂ ਜੀ ਇਹ ਤਾਂ ਖਰਾਬ ਹੋ ਗਈ ਜੀ ਐਂ ਨਹੀਂ ਹੁੰਦਾ ਹੁੰਦਾ ਇਹ ਨਹੀਂ ਕੋਈ ਜ਼ਰੂਰੀ ਵੀ ਤੁਹਾਨੂੰ ਸਾਰਾ ਕੰਮ ਆਉਣਾ ਚਾਹੀਦਾ ਆ ਆ ਵੀ ਨਹੀਂ ਸਕਦਾ ਤੁਸੀਂ ਕੋਈ ਹਰਫੰਡ ਵਾਲਾ ਨਹੀਂ ਤੁਸੀਂ ਕੋਈ ਰੱਬ ਨਹੀਂ ਹੈਗੇ ਸਵਾਲ ਇਹ ਹੈ ਤੁਹਾਨੂੰ ਪ੍ਰਸ਼ਾਸਨ ਆਉਣਾ ਚਾਹੀਦਾ ਜੀ ਡਾਕਟਰ ਸਾਹਿਬ ਮੇਰਾ ਮੇਰਾ ਆਖਰੀ ਸਵਾਲ ਹੈ ਆਖਰੀ ਸਵਾਲ ਲੈਂਦੇ ਜਾਓ ਤੁਸੀਂ ਤੇ ਜਵਾਬ ਦਿਓ ਕਿ ਸਾਰੇ ਜਿਹੜਾ ਭ੍ਰਿਸ਼ਟਾਚਾਰ ਪਹਿਲਾਂ ਕਰਦਾ ਸੀ ਜਿਹੜੇ ਰਿਸ਼ਵਤ ਲੈਂਦੇ ਸੀ ਉਹਨਾਂ ਨੂੰ ਰਾਤੋਂ ਰਾਤ ਬਦਲਣਾ ਕਿਸ ਕਿਸ ਤਰ੍ਹਾਂ ਸੰਭਵ ਹੈ ਕਿਉਂਕਿ ਉਹ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਤਰੀਕੇ ਨਾਲ ਰਿਸ਼ਵਤ ਲੈਂਦੇ ਸੀਗੇ ਤੇ ਉਹਨਾਂ ਨੂੰ ਜਿਹੜੀਆਂ ਆਦਤਾਂ ਪਈਆਂ ਉਹ ਇਸ ਤਰ੍ਹਾਂ ਕਿਵੇਂ ਬਦਲੀਆਂ ਜਾਣਗੀਆਂ ਕੋਈ ਜਾਂ ਤਾਂ ਸਖਤ ਲਾਹ ਹੋਰ ਲਿਆਂਦਾ ਜਾਵੇ ਨਾਲ ਨਹੀਂ ਕੋਈ ਕਾਨੂੰਨ ਦੀ ਲੋੜ ਨਹੀਂ ਜਿਹੜੇ ਕਾਨੂੰਨ ਹੈਗੇ ਨਾ ਸਫੀਸ਼ੈਂਟ ਨੇ ਉਹੀ ਬੰਦਾ ਉਹ ਜਿੱਦ ਉਦੋਂ ਤੱਕ ਹੀ ਲੰਦਾ ਜਦੋਂ ਨੂੰ ਪਤਾ ਮੈਨੂੰ ਕਿਸੇ ਨੇ ਕੁਝ ਕਹਿਣਾ ਨਹੀਂ ਕੋਈ ਵੀ ਬੰਦਾ ਜਦੋਂ ਨੂੰ ਇਹ ਪਤਾ ਲੱਗਦਾ ਦੀ ਇਹ ਚੱਲਣਾ ਨਹੀਂ ਹੁਣ ਉਹ ਆਪੀ ਸਿੱਧਾ ਹੋ ਜਾਂਦਾ ਤੇ ਜਿਹੜਾ ਇੱਕ ਅੱਧਾ ਬੰਦਾ ਕਹਿੰਦੇ ਨੇ ਵੀ ਉਹ ਡੰਡਾ ਪੀਰ ਹੈ ਵਿਗੜਿਆ ਟਿਕੜਿਆ ਦਾ ਉਹ ਵਿਗੜਿਆ ਟਿਕੜਿਆ ਜਿਹੜਾ ਹੁੰਦਾ ਉਹਨੂੰ ਫਿਰ ਸਜਾ ਦੇ ਦਿੰਦੀ ਆ ਵੈਸੇ ਲੋੜ ਨਹੀਂ ਪੈਂਦੀ ਉਹ ਵੀ ਸਿੱਧਾ ਹੋ ਜਾਂਦਾ ਕਿਉਂਕਿ ਜਦ ਬਿੱਲੇ ਦੇ ਕੰਨ ਵਰਗੇ ਨੋਟ ਜਾਣ ਨੇ ਨਾ ਜੇਬ 'ਚ ਜੇ ਤਨਖਾਹ ਵੀ ਬੰਦ ਹੋਣੀ ਐ ਤੇ ਬਦੀਨ ਹੋ ਕੇ ਮਰਨਾ ਬੰਦੇ ਨੇ ਵੀ ਯਾਰ ਇਹ ਤਾਂ ਕੰਮ ਖਰਾਬ ਹੋ ਗਿਆ ਹੁਣ ਤਾਂ ਤਨਖਾਹ ਦੇ ਨਾਲ ਉੱਤੋਂ ਕਮਾਈ ਜਾਂਦੀ ਆ ਨਾ ਘਰੇ ਤੇ ਉਤਲੀ ਦਾ ਚੱਟੋ ਤਨਖਾਹ ਵੀ ਨਹੀਂ ਜਾਣੀ ਮਹੀਨੇ ਦੀ ਐ ਨਹੀਂ ਐਨਾ ਸੋਖਾ ਨਹੀਂ ਐ ਇਹ ਜਿਹੜਾ ਉਹ ਹੀ ਉਹ ਬਾਣੀਆਂ ਦੇ ਜਵਾਬ ਜਿਹਾ ਮੈਂ ਛਲ ਮਾਰੀ ਛਲ ਮਾਰ ਕੋ ਬਸੇਰੇ ਹੁੰਦੇ ਨੇ ਉਹ ਜੀ ਜੀ ਉਹ ਦਲਤ ਜਾਂ ਜਾਂਗੇ ਦਲਤ ਸ਼ਿਕਾਇਤ ਦਲਤ ਜਵਾਬ ਦਿਓ ਇਹ ਕੀ ਹੈ ਸਰਕਾਰ ਦਾ ਤਾਂ ਤਾਣਾ ਬਣਾ ਇਹ ਆ ਬਈ ਹਸਾਕ ਪ੍ਰੋਫੈਸਰ ਦਲਤ ਤੇ ਲਗੇ ਦਲਤ ਕਹਿੰਦੇ ਨਹੀਂ ਨਹੀਂ ਬੰਨਿਆ ਮੈਂ ਕਿਵੇਂ ਨੇ ਜਿਹੜੀ ਸਰਕਾਰ ਕਹਿੰਦੇ ਸੀ ਅਸੀਂ ਤਾਂ ਬਦਲਾ ਲਿਆਉਣ ਵਾਲੀ ਸਰਕਾਰਾਂ ਪਹਿਲੀ ਜਿਹੜੀ ਆ ਹੁਣੀ ਟੁੱਟੀ ਆ ਖਤਮ ਹੋਈ ਆ ਤਾਂ ਹੀ ਲੋਕਾਂ ਨੇ ਰਾਹ ਤੇ ਜੀ ਤੁਸੀਂ ਜੇ ਚੀਫ ਸੈਕਟਰੀ ਨੂੰ ਹੁਕਮ ਕਰਨਾ ਪੈਂਦਾ ਅਦਾਲਤ ਨੂੰ ਕਿ ਉਹ ਰਿਕਾਰਡ ਸੀਲ ਕਰੇ ਦੂਬਾਰੇ ਸ਼ਰਨ ਦੀ ਗੱਲ ਕੀ ਹੈ ਅਸੀਂ ਇੱਕ ਸਿਸਟਮ 'ਚ ਕੰਮ ਕਰਦੇ ਆਂ ਅਸੀਂ ਉਹ ਕਾਨੂੰਨ ਦੇ ਅਨਸਾਰ ਕੰਮ ਕਰਦੇ ਆਂ ਅਸੀਂ ਕੋਈ ਅਸਰ ਉੱਪਰ ਨਹੀਂ ਕਾਨੂੰਨ ਤੋਂ ਜੇ ਤੁਸੀਂ ਇਹ ਮੰਨ ਲਓ ਮੈਂ ਕਾਨੂੰਨ 'ਚ ਕੰਮ ਕਰਦਾ ਜਿਹੜਾ ਵੀ ਮੈਨੂੰ ਉਤਰਾ ਦਿਆ ਮੇਰਾ ਉਤਰਾ ਸੀਨੀਅਰ ਅਧਿਕਾਰੀ ਪੁੱਛਦਾ ਉਹਨੂੰ ਵੀ ਮੈਂ ਜਵਾਬ ਦੇਣਾ ਮੈਂ ਨਹੀਂ ਕਹਿ ਸਕਦਾ ਉਹ ਤਾਂ ਜਦ ਖੁਦ ਰਿਸ਼ੂਤ ਲੈਂਦਾ ਮੈਂ ਉਹਨੂੰ ਕਹਦਾ ਜਵਾਬ ਦੇ ਉਹ ਡਰਦਾ ਹੋਵੇ ਰਿਸ਼ੂਤ ਉਹ ਨਲਾਇਕ ਹੋਵੇ ਪਰ ਮੈਨੂੰ ਉਹਨੂੰ ਜਵਾਬ ਦੇਣਾ ਮੇਰੀ ਡਿਊਟੀ ਹੈ ਉਦੇ ਤਰੈਛੇ ਨਹੀਂ ਆਉਣਾ ਮੈਂ ਇਦਾਂ ਹੀ ਅਦਾਲਤਾਂ ਚ ਉਹ ਤਾਂ ਜੀ ਉੱਥੇ ਸੰਭਾਲ ਚਾਹ ਪਰਾਨਾ ਹੋਵੇ ਉਹਨਾਂ ਦਾ ਵਕੀਲ ਤਕੜਾ ਹੋਵੇ ਸਰਕਾਰੀ ਕਮਜ਼ੋਰ ਹੋਵੇ ਹੋਵੇ ਤੁਸੀਂ ਜਵਾਬ ਠੀਕ ਦੇਣਾ ਤੁਹਾਡਾ ਕੰਮ ਹੈ ਸਿਸਟਮ ਦੇ ਵਿੱਚ ਤੁਹਾਨੂੰ ਪਾਵਰ ਮਿਲੀ ਆ ਜਿਹੜੀ ਉਹ ਪਾਵਰ ਸ਼ੇਅਰਡ ਹੈ ਜਿਹੜੀ ਪਾਵਰ ਪੈਨ ਜਿਹੜਾ ਹਰਾ ਪੈਨ ਭਗਵੰਤ ਮਾਨ ਜੀ ਨੇ ਚਲਾਉਣਾ ਹੈ ਨਾ ਉਹ ਪੈਨ ਭਗਵੰਤ ਮਾਨ ਜੀ ਦਾ ਨਹੀਂ ਕਰਦਾ ਉਹਦੇ ਉੱਤੇ ਬਹੁਤ ਕੁਝ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਇਹ ਸਿਸਟਮ 'ਚ ਰਹਿ ਰਿਹਾ ਪਰ ਇਹ ਸਿਸਟਮ 'ਚ ਮੈਂ ਇਹ ਪੈਨ ਚੰਗੇ ਕੰਮ ਵਾਸਤੇ ਚਲਾਉਣਾ ਜੋ ਮਰਜ਼ੀ ਹੋ ਜੇ ਫੈਸਲਾ ਹੀ ਕਰਨਾ ਪੈਂਦਾ ਵੀ ਮੈਨੂੰ ਡਿਸਮਿਸ ਕਰ ਲੋ ਮੈਨੂੰ ਝੂਠਾ ਕੇ ਕੇਸ ਬਣਾ ਕੇ ਜੇਲ੍ਹ 'ਚ ਸੁੱਟ ਲੋ ਤੁਸੀਂ ਮੈਨੂੰ ਫਾਂਸੀ ਦੇ ਦਿਓ ਪਰ ਮੈਂ ਠੀਕ ਕਰਨਾ ਪਰ ਜੇ ਤੁਸੀਂ ਇਕੱਲੇ ਮੈਂ ਇੱਕ ਵੀਡੀਓ ਸੁਣ ਰਿਹਾ ਸੀ ਮੀ ਟੂ ਦੇ ਉੱਤੇ ਕਹਿੰਦੇ ਹੁਣ ਇੱਕ ਜਰਨਲਿਸਟ ਨਾਲ ਹੋ ਗਿਆ ਸੀ ਜੇ ਮੁੱਖ ਮੰਤਰੀ ਜਰਨਲਿਸਟਾਂ ਨਾਲ ਇਦਾਂ ਦੀ ਗੱਲ ਕਰਨ ਲੱਗ ਜਾਂਗੇ ਮੈਨੂੰ ਨਹੀਂ ਪਤਾ ਕਿ ਨਹੀਂ ਸੱਚ ਹੈ ਕਿ ਨਹੀਂ ਝੂਠਾ ਹੈ ਪਰ ਅਗਰ ਇਹਦਾ ਐਕਸ ਪ੍ਰਧਾਨ ਕਹਿ ਰਿਹਾ ਵੀ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਤੇ ਉਹਦਾ ਜਵਾਬ ਦੇਣਾ ਬੰਦ ਹੈ ਹੁਣ ਵੀ ਭਾਵੇਂ ਹਾਰ ਕੇ ਭਾਵੇਂ ਬਾਹਰ ਨਹੀਂ ਇਹ ਗੱਲ ਦਾ ਜਵਾਬ ਤਾਂ ਦੇਣਾ ਬੰਦ ਹੀ ਹੈ ਜੀ ਇਹ ਤੁਹਾਡੇ ਜੀ ਗਮਟਾ ਅਲਿਗੇਸ਼ਨ ਲੱਗਦਾ ਯਾਰ ਤੁਸੀਂ ਪਬਲੀਕਲੀ ਲਾਂਦਾ ਤੁਹਾਡਾ ਬੰਦਾ ਲਾਰੇ ਹੈ ਨਾ ਤੁਸੀਂ ਕਹੋ ਵੀ ਗਲਤ ਕਹਿੰਦਾ ਬਿਲਕੁਲ ਬਿਲਕੁਲ ਨਹੀਂ ਆਇਆ ਸੋ ਇਹ ਇਸ ਕਰਕੇ ਜਦ ਤੁਸੀਂ ਜੇ ਕਾਬੇ ਚੋ ਕੁਫਰ ਨਿਕਲੇਗਾ ਸੁਖਵਿੰਦਰ ਜੀ ਫਿਰ ਸੱਚ ਨਹੀਂ ਮਿਲਣਾ ਜਦ ਤੁਸੀਂ ਡਿਟਰਮਨ ਕਰ ਲੋਗੇ ਪਰ ਸਿੰਨੂ ਕਿਸੇ ਨੇ ਪੈਨਸ਼ਨ ਦੇਣੀ ਸੀ ਰਾਜਗੁਰੂ ਨੂੰ ਪੈਨਸ਼ਨ ਦੇਣੀ ਸੀ ਸੁਖਦੇਵ ਨੂੰ ਪੈਨਸ਼ਨ ਦੇਣੀ ਸੀ ਛੀਦੋਦਮ ਸਿੰਘ ਨੂੰ ਪੈਨਸ਼ਨ ਦੇਣੀ ਸੀ ਕਰਤਾ ਸਿੰਘ ਸਰਾਬੇ ਨੂੰ ਪੈਨਸ਼ਨ ਦੇਣੀ ਸੀ ਗਾਦਰੀ ਬਾਬਾ ਨੂੰ ਕਿਸੇ ਨੇ ਪੈਨਸ਼ਨ ਦੇਣੀ ਸੀ ਜਿਨਾਂ ਨੇ ਪੈਨਸ਼ਨਾਂ ਲਈਆਂ ਨਹੀਂ ਵੀ ਅਸੀਂ ਨਹੀਂ ਲੈਣੀਆਂ ਸੋ ਜਿਹੜਾ ਬਾਬਾ ਸੋਹਣ ਸਿੰਘ ਪਕਣਾ ਉਹਨੇ ਸਾਰੀ ਜ਼ਮੀਨ ਸਾਰਾ adda ਕਿਉਂਕਿ ਜਿਹੜੇ ਮੈਂ ਤਾਂ ਹੈਰਾਨ ਆ ਅੱਜ ਜਿਹੜੇ ਮਜਾਏ ਨੇ ਉਹ ਕਿਵੇਂ ਉਹਨੇ ਛੇ ਛੇ ਫੁੱਟ ਦੇ ਮਾੜਦੇ ਦੇ ਰੋਗ ਰੈਲੇਟਿਵਿਟੀ لمبے ਨਹੀਂ ਹੁੰਦੇ ਓਡੇ ਮਜਾਾ ਓਡੇ لمبے ਐ ਏਦੇ ਜੁੱਸੇ ਉਹਨਾਂ ਦੇ ਉਹ ਪੰਜਾਬ ਨੂੰ ਥੱਲੇ ਲੱਗਣ ਦਾ ਦੇਣਗੇ ਪਰ ਮੀਸਨੇ ਹੋ ਗਏ ਹੁਣ ਉਹ ਮੀਸਨਾ ਪੰਜ ਛੱਡਣਾ ਪਊਗਾ ਮੀਸਨੇ ਤਾਂ ਉਹਨਾਂ ਦੇ ਵੱਡੇ ਬੰਦੇ ਹੋਏ ਨੇ ਆਪ ਤਾਂ ਲੋਕ ਨਹੀਂ ਹੋਏ ਮੀਸਨੇ ਸੋ ਇਸ ਕਰਕੇ ਮੈਂ ਜਨਰਾਂ ਨੂੰ ਦੁਆਬੀਆਂ ਨੂੰ ਮੜਵਈਆਂ ਨੂੰ ਮੜਵਈਆਂ ਚ ਵੀ ਸੱਚ ਬੋਲਣੋਂ ਨਹੀਂ ਹਰਦੇ ਜੋ ਮਰਜ਼ੀ ਹੋ ਜੇ ਦੁਆਬੀ ਚਿੱਖੇ ਬੜੇ ਹੁੰਦੇ ਨੇ ਮਝਾਲ ਜਿਹੜੇ ਨੇ ਉਹ ਐ ਸਿੱਧਾ ਢਾਂਗ ਚੱਕ ਲੈਂਦੇ ਨਾਲ ਦੀ ਨਾਲ ਹੀ ਲੜਾਕੇ ਨੇ ਉਹ ਤੇ ਤਿੰਨਾਂ ਚ ਕੋਈ ਗੁਣ ਹੈਗੇ ਨੇ ਹੋ ਜਾਣ ਇਕੱਠੇ ਵੀ ਬੈਠਣਾ ਨਹੀਂ ਹੁੰਦੇ ਨਾਲ ਜੋ ਮਰਜ਼ੀ ਹੋ ਜੇ ਆ ਬੰਨਨੇ ਸੀਟਾਂ ਹੀ ਮਿਲੀਆਂ ਨੇ ਸੋ ਇਸ ਕਰਕੇ ਪੰਜਾਬ ਦੇ ਵਿੱਚ ਤਾਕਤ ਹੈ ਪੰਜਾਬ ਕਰ ਸਕਦਾ ਹੈ ਇਹਨੂੰ ਕਰਨਾ ਹੋਏਗਾ ਪਰ ਇਹ ਲੋਕ ਕਰਨਗੇ ਸਰਕਾਰ ਜਿਹੜੀ ਹੈ ਉਹ ਆਪਣੇ ਡਿਟਰਮੀਨੇਸ਼ਨal ਤੌਰ ਤੇ ਉਹਦੇ ਉੱਤੇ ਲੋਕ ਲਾਂਚਨ ਵੀ ਲਾਉਣਗੇ ਝੂਠੇ ਝੂਠੇ ਮੰਗਾ ਜਿਵੇਂ ਆ ਰੋਕਪਾਲ ਵਾਲੀ ਕਰਤੀ ਆਜ ਕੀ ਆ ਗਿਆ ਵੀ ਖੱਟੜ ਨੇ ਕਹਿੰਦਾ ਪਾਣੀ ਦਾ ਵੀ ਉੱਥੇ ਗਏ ਸੀਗੇ ਉਹਨੂੰ ਵਧਾਈ ਦਿਨ ਹੋਲੀ ਦੀ ਤੇ ਉਹ ਕਹਿੰਦਾ ਪਾਣੀ ਦੇ ਵਿੱਚ ਤੇ ਮਸਲਾ ਹਲ ਕਰੋ ਇਹ ਮਸਲੇ ਟਿੰਡ ਚ ਕਾਨਾ ਪਾਉਣ ਵਾਲੇ ਰੋਜ਼ ਪਾਉਣਗੇ ਉਹ ਸੁਣੋ ਉਹਦੋਂ ਬਾਅਦ ਤੇ ਵਿਚਾਰ ਕਰੋ ਤੇ ਜੋ ਫੈਸਲਾ ਕਰਨਾ ਕਰ ਲਓ ਜੇ ਤੁਹਾਨੂੰ ਲੱਗਦਾ ਵੀ ਕੋਈ ਖਾਸ ਗੱਲ ਨਹੀਂ ਬੁਜ਼ਲ ਨਹੀਂ ਕਰੋ ਅਖਬਾਰਾਂ 'ਚ ਖਬਰਾਂ ਆ ਗਈ ਪੜ੍ਹਨ ਦੀ ਤੁਸੀਂ ਦੇਖ ਲਿਆ ਵੀ ਇਹਦੇ ਉੱਤੇ ਜਵਾਬ ਦੇਣ ਦਾ ਕੋਈ ਬਹੁਤਾ ਫਾਇਦਾ ਨਹੀਂ ਨਾ ਦਿਓ ਇਹ ਤਾਂ ਤੁਹਾਡੇ ਹੱਥ 'ਚ ਹੈ ਪਰ ਜਿਹੜੀ ਵੱਡੀ ਗੱਲ ਹੈ ਉਰਦਾ ਜਵਾਬ ਜਰੂਰ ਦਿਓ ਜੀ ਉਹ ਲਾਂਚਨ ਦਾ ਜਵਾਬ ਦਿਓ ਜੇ ਹੋਰ ਨਹੀਂ ਸੀਐਮ ਸਾਹਿਬ ਕੋਲੇ ਜਾਂ ਕਿਸੇ ਮਨਿਸਟਰ ਕੋਲੇ ਜਾਂ ਕੋਈ ਅਧਿਕਾਰੀ ਵੀ ਜੇ ਚੰਗਾ ਹੋਵੇ ਉਹਦੇ ਕੋਲ ਕੀ ਹੁੰਦਾ ਉਹ ਲੋਕਾਂ ਚ ਜਾਂਦਾ ਉਹਦੇ 100 ਲਾਂਚਨ ਲਾ ਦਿੰਦੇ ਨੇ ਵੀ ਇਹ ਰਿਸ਼ਵਤ ਲੈਦਾ ਜੀ ਇਹ ਆ ਕਰਦਾ ਜੀ ਇਹ ਨਲਾਇਕ ਹੈ ਜੀ ਇਹਨੂੰ ਕੁਝ ਨਹੀਂ ਆਉਂਦਾ ਜੀ ਇਹ ਆਪਣੇ ਭਾਈ ਭਤੀਜਾ ਵਾਲ ਕਰਦਾ ਜੀ ਇਹਨੇ ਆਪਣੇ ਨਾਂ ਤੇ ਜ਼ਮੀਨ ਕਰ ਲਈ ਜੀ ਇਹਨਾਂ ਜਾਇਦਾਦ ਖਰੀਦੀ ਉਹ ਬੜਾ ਕੁਝ ਕਹਿਣਗੇ ਠੀਕ ਹੈ ਤੁਸੀਂ ਜਦ ਵਿਰੋਧੀਆਂ ਨੂੰ ਜਵਾਬ ਦੇਣੇ ਜੇ ਪੋਲੀਟੀਕਲ ਤੌਰ ਤੇ ਤੁਸੀਂ ਸਿਰਫ ਇੱਕ ਕਲੈਂਟ ਕਹੋ ਵੀ ਦੇਖੋ ਜੋ ਇਹਨਾਂ ਨੇ ਕਰਿਆ ਤੁਹਾਡੇ ਸਾਹਮਣੇ ਹੈ ਇਹ ਕੀ ਨੇ ਤੁਸੀਂ ਜਾਣਦੇ ਹੋ ਮੈਂ ਨਹੀਂ ਕਹਿਣਾ ਵੀ ਕੀ ਨੇ ਤੁਹਾਨੂੰ ਪਤਾ ਹੀ ਹੈ ਤੇ ਮੈਂ ਕੀ ਆਈ ਵੀ ਤੁਸੀਂ ਜਾਣਦੇ ਹੋ ਜੇ ਤੁਹਾਡਾ ਜੀਵਨ ਖੁੱਲ੍ਹੀ ਕਿਤਾਬ ਹੈ ਤੇ ਲੋਕਾਂ ਨੂੰ ਪਤਾ ਹੁੰਦਾ ਵੀ ਬੰਦਾ ਕੀ ਹੈ ਭਗੰਤ ਮਾਨ ਤੇ ਚਲੋ ਅੱਜ ਉਹ ਸੀਐਮ ਬਣ ਗਏ ਐਸ ਐਮਪੀ ਵੀ ਕੋਈ ਦੋਸ਼ ਨਹੀਂ ਹੈ ਇਸ ਤਰ੍ਹਾਂ ਦਾ ਇਹਨਾਂ ਨੇ ਇੱਕ ਦੋ ਜੋਰ ਲਾੜ ਆ ਕੇ ਬਾਰ ਬਾਰ ਉਹ ਵੀ ਕਈ ਵਾਰੀ ਜਾਣ ਬੁੱਝ ਕੇ ਰੋਂਦੇ ਸੀ ਕੋਈ ਟੋਜੀ ਸ਼ਰਾਬੀ ਕੇ ਰੱਖਦਾ ਭਗਵਾਨ ਤਾਂ ਮੰਨਤੇ ਵੱਡੇ ਤੋਂ ਵੱਡੇ ਵਿਰੋਧੀ ਦੋਸ਼ ਨਹੀਂ ਲਾ ਸਕਦੇ ਐਮਪੀ ਲੈਡ ਚੋਂ ਪੈਸੇ ਖਾ ਗਿਆ ਜੀ ਇਹ ਜੀ ਇਹਨੇ ਝੂਠੇ ਬੰਦੇ ਨੂੰ ਥਾਨੇ 'ਚ ਫਸਾਤਾ ਜੀ ਜਾਂ ਇਹ ਲੋਕ ਸਭਾ 'ਚ ਬੋਲਦੇ ਨਹੀਂ ਜੀ ਇਹ ਕੇਜਰੀਵਾਲ ਦੇ ਪ੍ਰਸ਼ਾਸਨ ਥੱਲੇ ਆ ਗਿਆ ਜੀ ਇਹ ਦੋਸ਼ ਲਾ ਕੇ ਰੱਖੋ ਉਹ ਕਹਿੰਦੇ ਨੇ ਵੀ ਦੀ ਪਾਰਟੀ ਦੀ ਵਿਦੇਨ ਪੋਲਿਟਿਕਸ ਵਿੱਚ ਉਹ ਕੇਜਰੀਵਾਲ ਦੇ ਨਾਲ ਹੈ ਨਾਲ ਤਾਂ ਕੋਈ ਕਿਸੇ ਦੇ ਹੁੰਦਾ ਹੀ ਆ ਕੋਈ ਕਿਸੇ ਨਾਲ ਹੁੰਦਾ ਕੋਈ ਕਿਸੇ ਨਾਲ ਉਹਦੇ ਪ੍ਰੈਸ਼ਰ ਥੱਲੇ ਪੰਜਾਬ ਦੀ ਕਿਹੜੀ ਗੱਲ ਹੈ ਮੈਨੂੰ ਨਹੀਂ ਪਤਾ ਕੇਜਰੀਵਾਲ ਸਾਹਿਬ ਨੇ ਪ੍ਰੈਸ਼ਰ ਪਾਇਆ ਜਾਂ ਨਹੀਂ ਪਾਇਆ ਇਸ 'ਚ ਨਹੀਂ ਮੈਂ ਜਾਂਦਾ ਪੰਜਾਬ ਦੀ ਕਿਹੜੀ ਗੱਲ ਜਿਹੜੀ ਭਗੰਤਪਾਨ ਦੇ ਉਸੇ ਨਹੀਂ ਚੁੱਕੀ ਜਿੰਨਾ ਕੋਈ ਚੁੱਕ ਸਕਦਾ ਇੱਕ ਇੱਕ ਐਮਪੀ ਹੈ ਨਾ ਜੀ ਪੂਰੀ ਆਪ ਪਾਰਟੀ ਦੇ ਇੱਕ ਐਮਪੀ ਹੋਂ ਸਭ ਕਈ ਕੈਂਪੀਨ ਕਿੰਨਾ ਕੁ ਟਾਈਮ ਮਿਲੂਗਾ ਜੀ ਉਸੇ ਕਿਉਂ ਗੱਲ ਕਰ ਸਕਦਾ ਨਾ ਕੋਈ ਉਹਦੇ ਹੋਰ ਸਾਰੇ ਬਹਾਨੇ ਲਾਣਗੇ ਉਹਨੇ ਹਮੇਸ਼ਾ ਗੱਲ ਚੁੱਕੀ ਹੈ ਔਰ ਮੈਂ ਸੁਣਦਾ ਆ ਮੈਂ ਸਾਰੇ ਐਮਪੀ ਨੂੰ ਸੁਣਦਾ ਜਿਹੜੇ ਮੇਨੇ ਜਿਵੇਂ ਉਤੋਂ ਆਪਣੇ ਪ੍ਰੋਫੈਸਰ ਸਾਹਿਬ ਨੇ ਬਿਹਾਰ ਤੋਂ ਉਹ ਡਟ ਕੇ ਗੱਲ ਕਰਦੇ ਨੇ ਉਹ ਬੰਗਾਲ ਤੋਂ ਹੈ ਉਹ ਮੋਹਿਤਰਾ ਉਹ ਢਟਕੇ ਗੱਲ ਕਰਦੀ ਹੈ ਜਿਹੜੇ ਬੰਦੇ ਜਿਹੜੇ ਐਮਪੀ ਢਟਕੇ ਗੱਲ ਆਪ ਆ ਰਹਿਆਂ ਦਾ ਰਸਵਾ ਦੇ ਵਿੱਚ ਇਹ ਜਿਹੜੇ ਬੰਦੇ ਢਟਕੇ ਗੱਲ ਕਰਦੇ ਨੇ ਤੁਸੀਂ ਉਹਨਾਂ ਨੂੰ ਸੁਣਦੇ ਹੋ ਵੀ ਉਹ ਕਹਿੰਦੇ ਕੀ ਨੇ ਉਹਨਾਂ ਦੀ ਗੱਲ ਚ ਤੱਤ ਕਿੰਨਾ ਹੈ ਉਹਦੀ ਗੱਲ ਚ ਦਮ ਕਿੰਨਾ ਹੈ ਉਹ ਗੱਲ ਵੱਖਰੀ ਹੈ ਵੀ ਉਹ ਮੰਨੀ ਜਾਂਦੀ ਹੈ ਜਾਂ ਨਹੀਂ ਮੰਨੀ ਜਾਂਦੀ ਪਰ ਉਹ ਰਿਪੋਰਟ ਦਾ ਹਿੱਸਾ ਹੁੰਦੀ ਹੈ ਸੋ ਰਿਪੋਰਟ ਦਾ ਹਿੱਸਾ ਹੋਣਾ ਵੀ ਉਹ ਹੁੰਦਾ ਹੈ ਕਿ ਤੁਸੀਂ ਅੱਗ ਬੁਝਾਉਣ ਵਾਲਿਆਂ ਚ ਸ਼ਾਮਲ ਹੋ ਤੁਹਾਡਾ ਨਾਮ ਅੱਗ ਲਾਉਣ ਵਾਲਿਆਂ ਚ ਨਾ ਲਿਖਿਆ ਜਾਵੇ ਇਹ ਗੱਲ ਗੰਤਮਾਨ ਹੋ ਰਹੀ ਜਾਂ ਇਹਨਾਂ ਦੀ ਪਾਰਟੀ ਜਾਂ ਸਾਰੀ ਸਰਕਾਰ ਕਰ ਸਕਦੀ ਹੈ ਜਿਹੜੇ ਮਿਦੇ ਨੇ ਬੜੇ ਜੀ ਆਏ ਜੀ ਫਲਾਣਾ ਇੱਕ ਨੇ ਰਿਖਤਾ ਇੱਕ ਲਾਈਨ ਕੇ ਨਾਲ ਦੀ ਗੱਲ ਖਤਮ ਕਰਨ ਲੱਗ ਗਿਆ ਵਸ ਕਿਉਂਕਿ ਟਾਈਮ ਬਹੁਤ ਹੋ ਗਿਆ ਅੱਜ ਸਕੂਲਾਂ ਦੇ ਛਾਪਿਆਂ ਬਾਰੇ ਕਿੰਨੇ ਰਿਖਤਾ ਸਕੂਲਾਂ ਹਸਪਤਾਲਾਂ ਛਾਪੇ ਨਹੀਂ ਮਾਰਨੇ ਐਂ ਨਹੀਂ ਕਰਨਾ ਪਹਿਲਾਂ ਤੁਸੀਂ ਉਹਨਾਂ ਦੇ ਉੱਥੇ ਪੋਸਟਾਂ ਪਰ ਹੋ ਫਲਾਣਾ ਕਰੋ ਐਂ ਤਨਖਾਹਾਂ ਦਿਓ ਪੈਨਸ਼ਨ ਦਿਓ ਮੈਂ ਉਹਦੇ ਥੱਲੇ ਇੱਕ ਛੋਟਾ ਜਿਹਾ ਕਮੈਂਟ ਲਿਖਿਆ ਇੱਕ ਲਾਈਨ ਦਾ ਮੈਂ ਲਿਖਿਆ ਕੋਈ ਵਿਸ਼ੇਸ਼ ਸਲਾਹਤਾ ਦੀ ਨਹੀਂ ਆਉਂਦੀਆਂ ਤਨਖਾਹਾਂ ਪੈਚਨਾ ਦੀ ਗੱਲ ਕਰੀ ਹੈ ਤੇ ਬੱਚਿਆਂ ਦੀ ਪੜ੍ਹਾਈ ਦਾ ਹਾਲ ਕੀ ਹੈ ਉਹਦੇ ਬਾਰੇ ਚੁੱਪ ਹੈ ਤੁਸੀਂ ਜਦ ਮੈਂ ਹਸਪਤਾਲ ਚਾ ਮਰੀਜ਼ ਉੱਥੇ ਰਾਜ਼ੀ ਨਹੀਂ ਹੁੰਦਾ ਮਰੀਜ਼ ਕੁਰਬੜ-ਕੁਰਬੜ ਕਰਦੇ ਫਿਰਦੇ ਨੇ ਦੁਖੀ ਹੋਈ ਜਾਂਦੇ ਨੇ ਤੇ ਮੈਂ ਕਹੀ ਜਾਂਦਾ ਜੀ ਮੇਰੀ ਤਨਖਾਹ ਘਟ ਹੈ ਜੀ ਮੈਨੂੰ ਫਲਾਣੇ ਫਾਰਮਾਸਿਸਟ ਨਹੀਂ ਦਿੱਤੇ ਜੀ ਮੈਨੂੰ ਬੈਠਣ ਦੀ ਕੁਰਸੀ ਨਹੀਂ ਜੀ ਮਤਲਬ ਇਹ ਭਾਨੇ-ਬਾਣੀਆਂ ਹੁੰਦੀਆਂ ਨੇ ਪਹਿਲਾਂ ਕੰਮ ਇਲਾਜ ਕਰਨਾ ਮੈਂ ਬਤੌਰ ਜਨਰਲ ਸੈਕਟੀ ਪੰਜਾਬ ਦਾ ਆਪਣੇ ਡਾਕਟਰ ਨੂੰ ਵੀ ਪੁੱਛਦਾ ਸੀ ਵੀ ਤੁਹਾਡੇ ਕੋਲ ਕੁਰਸੀ ਨਹੀਂ ਹੈ ਬੈਠਣ ਨੂੰ ਮੰਨਦਾ ਹੋਣੀ ਚਾਹੀਦੀ ਹੈ ਮੈਂ ਇਹ ਨਹੀਂ ਕਹਿੰਦਾ ਨਹੀਂ ਹੋਣੀ ਚਾਹੀਦੀ ਟੇਬਲ ਹੋਣਾ ਚਾਹੀਦਾ ਤੁਹਾਡੇ ਕੋਲ ਸਟੈਥੋਸਕੋਪ ਹੋਰ ਸਰਕਾਰ ਨੇ ਦੇਣੇ ਨੇ ਮੰਨ ਲਓ ਤੁਹਾਡੇ ਕੋਲ ਕੁਝ ਨਹੀਂ ਦਿੱਤਾ ਪਰ ਤੁਸੀਂ ਕਿੱਥੇ ਜਾ ਕੇ ਬਹਿ ਨਹੀਂ ਹੋ ਨਾ ਜਾਂ ਫਿਰ ਤਨਖਾਹ ਨਾਲੋ ਜਾਣੇ ਹੋ ਤੁਸੀਂ ਡਿਸਪੈਂਸਰੀ ਦਾ ਬੈਠਣਾ ਹੀ ਹੈ ਨਾ ਨਾਲੋਂ ਤਨਖਾਹ ਦਿੱਤ ਤੁਸੀਂ ਕਹੋ ਜਿੱਥੇ ਤਾਂ ਖੜੇ ਖੜੇ ਡਿਊਟੀਆਂ ਮੈਂ ਤਾਂ ਨਹੀਂ ਕਰਦਾ ਮੈਂ ਨਹੀਂ ਲੈਂਦਾ ਤਨਖਾਹ ਜਦ ਤੋਂ ਕੋਈ ਮਰੀਜ਼ ਆ ਗਿਆ ਉਹਦੀ ਨਬਜ਼ ਦੇਖ ਕੇ ਉਹਨੂੰ ਟੋਕੇ ਉਹਦੀ ਕਹਾਣੀ ਸੁਣ ਕੇ ਤੁਹਾਨੂੰ ਦਵਾਈ ਲਿਖਣੋਂ ਕੌਣ ਰੋਕਦਾ ਇਹ ਮੈਨੂੰ ਦੱਸੋ ਤੁਸੀਂ ਉਹ ਵੀ ਨਹੀਂ ਲਿਖਦੇ ਜਿਹੜਾ ਕੰਮ ਜਿਵੇਂ ਜਿਉਂ ਜਾਂ ਤੁਹਾਡੀਆਂ ਸੀਮਾਵਾਂ ਨੇ ਉਹਦੇ ਜਿਹੜਾ ਕੰਮ ਹੋ ਸਕਦਾ ਉਹ ਤਾਂ ਕਰ ਦੋ ਨਾ ਕਨੈਕਟਰ ਪੈਸੇ ਲੈ ਕੇ ਟਿੱਕੀ ਨਾ ਦੇਵੇ ਕਨੈਕਟਰ ਜਿੱਥੇ ਅੱਡਾ ਹੈਗਾ ਉੱਥੇ ਵੀ ਨਾ ਤਾਰੇ ਇਸ ਵਾਰੀ ਨੂੰ ਚੱਲ ਵਿਚ ਵਿਚਾਲੇ ਦਾ ਬੀਰ ਭਾਈ ਨਾਲ ਨਾ ਤਾਰੇ ਪਰ ਜਿੱਥੇ ਅੱਡਾ ਹੈ ਉੱਥੇ ਤਾਂ ਤਾਰੇ ਜੇ ਉੱਥੀ ਹੋ ਮਿਸਵੇ ਕਰਦਾ ਵਸਤੇਦਾਰਾਂ ਦੇ ਨਾਲ ਦੀ ਨਾਲ ਡਰਾਈਵਰ ਦੀ ਬੰਦੇ ਦੀ ਉੱਤਰ ਤੇ ਉੱਤਰ ਤੇ ਸੱਟ ਲੱਗਦੀ ਹੈ ਫੇਰ ਤਾਂ ਉਹਨੂੰ ਸਿੱਧੇ ਕਰਨਾ ਪਊਗਾ ਫੇਰ ਤਾਂ ਉਹ ਸਿੱਧਾ ਹੋਣਾ ਪਊ ਉਹਨੂੰ ਉਹਨੂੰ ਤਨਖਾਹ ਇਸ ਵਾਸਤੇ ਨਹੀਂ ਮਿਲਦੀ ਉਹ ਬੰਦਾ ਨੂੰ ਆ ਰਗੜੀ ਜਾਵੇ ਹਾਲਾਂਕਿ ਕਾਨੂੰਨ ਇਹ ਕਹਿੰਦਾ ਹੈ ਬੀਜੇ ਸਵਾਰੀਦਵੀ ਕੋਸੂ ਦਾ ਡੇ ਅਕਸੀਡੈਂਟ ਹੋਗਾ ਪਹਿਲਾ ਡਰਾਈਵਰ ਕੰਡਕਟਰ ਸੀ ਪਰ ਉਹ ਨਹੀਂ ਆਪਣਾ ਪਤਾ ਅਦਾਲਤਾਂ ਦਾ ਹੈ ਸਾ ਸੋ ਜੀਨੇ ਵੀ ਆਪਣਾ ਕੰਮ ਕਰਨਾ ਹੈ ਹੁਣ ਕੋਈ ਪੰਜਾਬ ਚ ਤਨਖਾਹਾਂ ਘੱਟ ਨਹੀਂ ਸਵਾਏ ਜਿਹੜੇ ਠੇਕੇ ਠੁਕੇ ਤੇ ਲਾਏ ਹੋਏ ਨੇ ਉਹਨਾਂ ਦਾ ਇਹਨਾਂ ਨੂੰ ਦੇਖਣਾ ਪਊਗਾ ਬਾਕੀਆਂ ਦਾ ਕੋਈ ਤਨਖਾਹਾਂ ਘੱਟ ਨਹੀਂ ਕੋਈ ਟੈਂਸ਼ਨਾਂ ਘੱਟ ਨਹੀਂ ਪੈਨਸ਼ਨਾਂ ਨਾਲ ਤਾਂ ਕਰਨੇ ਕੀ ਹੈ ਕਰਨ ਤਨਖਾਹਾਂ ਵਾਲਿਆਂ ਨੂੰ ਸਪਸ਼ਟ ਕਰਨਾ ਪਊਗਾ ਵੀ ਭਾਈ ਆਪਣਾ ਕੰਮ ਕਰੋ ਹੋਰ ਕੁਝ ਨਹੀਂ ਕੋਈ ਤੁਹਾਨੂੰ ਪੁਰਾਣੀ ਗੱਲ ਤੇ ਨਹੀਂ ਖਿੱਚਣਾ ਤੁਹਾਨੂੰ ਰੋਜ਼ ਕੇ ਸੱਚ ਨਹੀਂ ਫਸਾ ਕੇ ਰੱਖਣਾ ਤੁਹਾਨੂੰ ਬਿਨਾ ਮਤਲਬ ਦੇ ਬਦੀ ਬਦੀ ਨਹੀਂ ਕਰਨਾ ਥੋੜੀ ਕੋਈ ਬੇਇਜ਼ਤੀ ਨਹੀਂ ਕਰਨੀ ਪਰ ਕੰਮ ਤੁਹਾਨੂੰ ਕਰਨਾ ਪੈਣਾ ਇਹ ਪੱਕੀ ਗੱਲ ਹੈ ਔਰ ਜੇ ਨਹੀਂ ਕਰੋਗੇ ਕਿ ਪੱਕੀ ਗੱਲ ਹੈ ਵੀ ਬਿੱਲੇ ਦੇ ਕੰਨ ਵਰਗੇ ਨੋਟ ਨਹੀਂ ਮਿਲਣੇ ਨਾਲੇ ਉਹ ਜੋੜ ਜਿਹੜਾ ਲਾਣਾ ਜਾ ਰਹੇ ਹੋ ਅਦਾਲਤਾਂ ਚ ਕਰ ਲਿਓ ਹਟਤਾਲਾਂ ਜਿਹੜੀਆਂ ਕਰਨੀਆਂ ਨੇ ਹਾਂ ਪਿਛਲਾ ਕੁਝ ਨਹੀਂ ਕਹਿੰਦੇ ਅੱਤੇ ਹੋਊਗਾ ਕੰਮ ਅਗਲੇ ਨੂੰ ਪਤਾ ਜਿਹਨੂੰ 2 ਲੱਖ ਰੁਪਏ ਤਨਖਾਹਾਂ ਦੇਣੇ ਨਾ ਉਹਨੂੰ ਪਤਾ ਵੀ 2 ਲੱਖ ਨਾ ਡਿੱਗਰੀ ਨਹੀਂ ਮਿਲਨੀ ਨੋਟਾਂ ਦੀ ਤਾਂ ਗੱਲ ਹੀ ਛੱਡੋ ਉਹਨੂੰ ਪਤਾ ਇਸ ਕਰਦਾ ਹੋਣੋ ਸਿਰ ਤੇ ਗੱਲੀਆਂ ਕਰਦਾ ਉਹ ਗੱਲੀਆਂ ਕਰਨਾ ਹਟਾ ਨਾ ਪਾਏਗਾ ਬਸ ਹੋਰ ਕੁਝ ਨਹੀਂ ਕਰਾਂ ਕਿਸੇ ਨੂੰ ਸਜ਼ਾ ਦੇਣ ਦੀ ਲੋੜ ਨਹੀਂ ਸਭ ਸਟੀਰ ਹੋ ਜਾਂਦੇ ਨੇ ਜਿਹੜਾ ਕੋਈ ਇੱਕ ਅੱਧਾ ਹੋਊਗਾ ਉਹਨੂੰ ਚੱਕ ਕੇ ਡਿਸਮਿਸ ਕਰਕੇ 311 221 ਕਰਾਏ ਜਿਹਦੇ ਅੰਦਰ ਬਿਨਾ ਇਨਕੁਆਰੀ ਦੇ ਡਿਸਮਿਸ ਕਰਦੇ ਵੀ ਸਾਡਾ ਸਾਰਾ ਕੰਮ ਖਰਾਬ ਹੋਣ ਦਾ ਡਰ ਸੀ ਅਸੀਂ ਇਹਨੂੰ ਕਰਤਾ ਡਿਸਮਿਸ ਜਾਵੇ ਅਦਾਲਤ 'ਚ ਉੱਥੇ ਜਵਾਬ ਦੇ ਦਾਂਗੇ ਜੀ ਬਿਲਕੁਲ ਠੋਈਸ ਕਰਕੇ ਤੁਹਾਨੂੰ ਫੈਸਲਾ ਕਰਨਾ ਪਏਗਾ ਪੱਕਾ ਅਰਾਧੇ ਆਧਿਕ ਆਧਿਕੋ ਕੇ ਤਾਣੀ ਜ਼ਿਆਦਾ ਉਜੀ ਹੋਈ ਹੈ ਔਰ ਭਗਵੰਤ ਮਾਨ ਜੀ ਨੇ ਇੱਕ ਲਾਈਨ ਕਹੀ ਸੀ ਮੈਨੂੰ ਉਹ ਗੱਲ ਜੱਝਲੀ ਆ ਕਿਉਂ ਉਹ ਕਹਿੰਦੇ ਵੀ ਜਿਹੜੀ ਉਹਨਾਂ ਦੀ ਰੇਹ ਦੀ ਬੋਰੀ ਜਿਹੜਾ ਧਰਮਤਰੀ ਵੈਸੇ ਸਾਰੀਆਂ ਬੋਰੀਆਂ ਹੀ ਸੀਆਂ ਹੁੰਦੀਆਂ ਜਿਹੜੀਆਂ ਵਾਰਦਾਨ ਹੈ ਨਾ ਜਿਹੜਾ ਜਿੰਨਾ ਕਣਕ ਭਰਦਿਆਂ ਜਿੜੀ ਦੀ ਭਰਾਈ ਕਰਦਿਆਂ ਉਹ ਸਾਰੀ ਬੋਰੀ ਉਦਾਂ ਹੀ ਸੀ ਜਾਂਦੀ ਹੈ ਇਦਾਂ ਹੀ ਹੋਰ ਸਮਾਨ ਨੂਨ ਦੀਆਂ ਬੋਰੀਆਂ ਹੁੰਦੀਆਂ ਨੇ ਕਾਲੀਆਂ ਬੋਰੀਆਂ ਹੁੰਦੀਆਂ ਜੀ ਉਹਦੇ ਚ ਜਿਹੜਾ ਸਿਰਾ ਠੀਕ ਆ ਉਹਨੂੰ ਫੜੋਗੇ ਤਾਂ ਬੋਰੀ ਐ ਖੁੱਲ ਜੂਗੀ ਦੂਜੇ ਪਾਸੋਂ ਕਰੋ ਤੁਸੀਂ ਸਭ ਕੁਝ ਟੁੱਟ ਜਾਏਗਾ ਬੋਰੀ ਨਹੀਂ ਖੁੱਲਣੀ ਸੋ ਇਸ ਕਰਕੇ ਜੇ ਸਿੱਧੇ ਪਾਸੇੋਂ ਫੜ ਕੇ ਚੱਲ ਪੈਣਗੇ ਤੇ ਜਿਹੜੀਆਂ ਬੋਰੀਆਂ ਨੇ ਉਹਨਾਂ 'ਤੇ ਇੰਨੀ ਢਾਕ ਪਈ ਹੈ ਉਹ ਤਾਂ ਖੁੱਲਣੀ ਹੀ ਨਹੀਂ ਇਹ ਧ ਜੀ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਸੋ ਮੇਰੇ ਨਾਲ ਮੌਜੂਦ ਸਰੂਕੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਹੈ ਨੀਤੀ ਤੇ ਨiyet ਚੰਗੀ ਹੋਣੀ ਚਾਹੀਦੀ ਹੈ ਹੁਣ ਸਰਕਾਰ ਦੇ ਇਸ ਫੈਸਲੇ ਦਾ ਕੀ ਅਸਰ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰਨ ਦੀ ਇਜਾਜ਼ਤ ਦਿਓ ਧੰਨਵਾਦ